ਵਿੱਚ ਟੈਲੈਂਟ ਹੈਗਾ ਤਾਂ ਤੁਸੀਂ ਉਸ ਪੂਰੀ ਇੰਡਸਟਰੀ ਨੂੰ ਥਰੂ ਆਊਟ ਸਰਵਾਈਵ ਕਰ ਸਕਦੇ ਹੋ। ਜੇ ਹੈਗਾ ਜੇ ਨਹੀਂ ਹੈਗਾ ਤਾਂ ਉਹ ਆਈ ਥਿੰਕ ਕੋਈ ਮੈਟਰ ਨਹੀਂ ਕਰਦਾ, ਕਿਉਂਕਿ ਲੋਕ ਅੱਜ ਕੱਲ੍ਹ ਬਹੁਤ ਜ਼ਿਆਦਾ ਸਿਆਣੇ ਨੇ, ਅੱਖ ਦੇਖ ਕੇ ਪਛਾਣ ਜਾਂਦੇ ਨੇ ਕਿ ਇਹ ਇਹਦੇ 'ਚ ਹੈਗਾ ਕੁਛ ਕਿ ਨਹੀਂ ਹੈਗਾ। ਮੈਂ ਜੇ ਕੌਮਿਕ ਕੀਤਾ ਤਾਂ ਮੈਂ ਸਿਚੁਏਸ਼ਨਲ ਕੌਮੇਡੀ ਕੀਤੀ ਹੈ। ਡੈਡੀ ਉਹਨਾਂ ਦੀ ਹੁੰਦੀ ਹੈ ਡਾਇਲੋਗ ਬੇਸਡ ਕੌਮੇਡੀ, ਪੰਜ ਅਤੇ ਪੰਜ ਅਤੇ ਪੰਜ ਅਤੇ ਪੰਜ, ਇਹ ਡੈਡ ਉਹਨਾਂ ਦਾ ਸਟਾਈਲ ਆ। ਜੇ ਮੈਂ ਕੀਤੀ ਹੈ, ਮੈਂ ਗੋਲਕ ਮੂਵੀ 'ਚ ਕੀਤੀ ਹੈ, ਮੈਂ ਅਫਸਰ ਦੇ ਵਿੱਚ ਕੀਤੀ ਹੈ, ਤੁਸੀਂ ਦੱਸੋ ਬਾਈ ਮਾਣਾ। ਸਫ਼ਰ ਦੀ ਗੱਲ ਕੀਤੀ ਜਾਵੇ ਕਾਫੀ ਇੰਟਰਸਟਿੰਗ ਵੀ ਹੈ, ਤੁਸੀਂ ਬੈਕ ਟੂ ਬੈਕ ਫਿਲਮਸ ਕੀਤੀਆਂ ਨੇ, ਜਿੱਦਾਂ ਯਾਰ ਡਿਗਰੀ ਕਸੂਤੀ ਡਿਗਰੀ ਕੀਤੀ, ਡੈਬਿਊ ਕੀਤਾ ਸੁਬਿਟ 7 ਤੋਂ, ਤੇ ਓਵਰਆਲ ਐਕਸਪੀਰੀਅੰਸ ਕਿੱਦਾਂ ਰਿਹਾ ਪੁਖਰਾਜ ਇੰਡਸਟਰੀ ਵਿੱਚ? ਐਕਸਪੀਰੀਅੰਸ ਇਦਾਂ ਸੀਗਾ ਜੀ, ਕਿਉਂਕਿ 2012 ਦੇ ਵਿੱਚ ਆਈ ਥਿੰਕ ਉਦੋਂ ਮੈਂ ਗ੍ਰੇਡ 12 ਵਿੱਚ ਸੀਗਾ, ਤੇ ਉਦੋਂ ਸੁਬਿਟ 7 ਜਸਟ ਹੈਪਨ, ਤੇ ਉਦੋਂ ਇੰਨੀ ਸਮਝ ਨਹੀਂ ਸੀਗੀ, ਤੇ ਹੌਲੀ ਹੌਲੀ ਫਿਰ ਕਰਦੇ ਰਹੇ, ਫਿਰ ਆਰ ਐਸ ਵੀ ਪੀ ਆਈ, ਫਿਰ ਵਿਸਾਖੀ ਲਿਸਟ ਆਈ, ਫਿਰ ਹਰਜੀਤਾ ਆਈ, ਗੋਲਕ ਬੁਗਨੀ ਬੈਂਕ ਤੇ ਬਟੂਆ ਅਫਸਰ, ਤੇ ਫਿਰ ਜਾ ਕੇ ਜੀ ਮੈਂ ਆਪਣੀ ਡੈਬਿਊ ਐਜ਼ ਅ ਲੀਡ ਫਿਲਮ ਕੀਤੀ ਜੀ, ਤੇਰੀਆਂ ਮੇਰੀਆਂ ਹੇਰਾ ਫੇਰੀਆਂ, ਜਿਹੜੀ ਕਿ 1 May ਨੂੰ ਆਉਣੀ ਸੀਗੀ, ਪਰ ਹੁਣ ਕਰੋਨਾ ਕਰਕੇ ਦੇਖੋ ਕਦੋਂ ਰਿਲੀਜ਼ ਕਰਦੇ ਆ ਜੀ ਉਹ। ਸੋ ਐਕਸਪੀਰੀਅੰਸ ਓਵਰਆਲ ਬਹੁਤ ਵਧੀਆ ਰਿਹਾ ਜੀ, ਤੇ ਬਹੁਤ ਮਜ਼ਾ ਆ ਰਿਹਾ, ਤੇ ਹਰ ਰੋਜ਼ ਸਿੱਖਣ ਨੂੰ ਮਿਲਦਾ ਜੀ ਕੁਛ ਨਵਾਂ। ਜਿੱਦਾਂ ਹੁਣ ਅਨਲੌਕ ਹੋਇਆ, ਕਾਫੀ ਇੰਡਸਟਰੀ ਦੇ ਲੋਕ ਨੇ ਅਨਲੌਕ ਨੂੰ ਇੰਜੋਏ ਕਰ ਰਹੇ, ਤੁਸੀਂ ਕਿੱਦਾਂ ਜਾ ਰਹੇ ਤੁਹਾਡਾ ਅਨਲੌਕ? ਜਿੱਦਾਂ 1 June ਤੋਂ ਸਾਰਾ ਕੁਝ ਓਪਨ ਹੋਇਆ, ਸਭ ਕੁਝ ਦੁਬਾਰਾ ਹੋਣ ਦੀ ਕੋਸ਼ਿਸ਼ ਹੈ ਕਿ ਪਹਿਲਾਂ ਮੂਹ ਨਾਰਮਲ ਹੋ ਜਾਏ, ਇਹਦੇ ਬਾਰੇ ਕੀ ਕਹਿਣਾ? ਦੇਖੋ ਜੀ, ਮੈਂ ਵੈਸੇ ਵੀ ਪਹਿਲਾਂ ਜਿੰਨਾ ਲੋਕਡਾਊਨ ਸੀਗਾ ਉਹਦੇ ਦੌਰਾਨ ਘਰ ਹੀ ਰਹੇ ਹਾਂ ਜੀ, ਜ਼ਿਆਦਾਤਰ ਕੀ ਆਈ ਥਿੰਕ ਰਹੇ ਹੀ ਘਰੇ ਹਾਂ, ਤੇ ਅੱਜ ਜਦੋਂ ਹੁਣ ਥੋੜ੍ਹੀ ਜਿਹੀ ਰਿਲੈਕਸੇਸ਼ਨ ਪਿਛਲੇ 2 ਹਫ਼ਤਿਆਂ ਤੋਂ ਇਹਨਾਂ ਨੇ ਦੇਣੀ ਸ਼ੁਰੂ ਕੀਤੀ ਆ, ਉਦੋਂ ਮਾੜਾ ਮੋਟਾ ਜਿਵੇਂ ਹੁਣ ਸਟੂਡੀਓ ਵਰਕ ਹੋ ਗਏ ਜਾਂ ਹੁਣ ਜਿਹੜੇ ਨੈਕਸਟ ਗਾਣੇ ਆਉਣੇ ਨੇ ਉਹਦੇ 'ਤੇ ਕੰਮ ਚੱਲਣ ਲੱਗ ਗਿਆ ਜੀ। ਸੋ ਮਾੜਾ ਮੋਟਾ ਜਿਹਦੇ 'ਚ ਘੱਟ ਬੰਦੇ ਇਨਵੋਲਵਡ ਹੁੰਦੇ ਨੇ, ਕੋਸ਼ਿਸ਼ ਕਰੀਦਾ ਕਿ ਉਹੀ ਕੰਮ ਕਰੀਏ। ਜਿੱਦਾਂ ਤੁਸੀਂ ਵੈਬ ਸੀਰੀਜ਼ ਕੀਤੀ ਹੈ, ਵੈਬ ਸੀਰੀਜ਼ ਕਾਫੀ ਖਾਸ ਹੁੰਦੀ ਹੈ ਅੱਜ ਕੱਲ੍ਹ, ਟ੍ਰੈਂਡੀ ਵੈਬ ਸੀਰੀਜ਼ ਹੈ, ਤੇ ਪਲੱਸ ਜਿਹੜਾ ਡੈਬਿਊ ਹੁੰਦਾ ਉਹ ਬਹੁਤ ਖਾਸ ਰਹਿੰਦਾ, ਡੈਬਿਊ ਕਿੰਨਾ ਕੁ ਖਾਸ ਰਿਹਾ ਜੀ ਤੁਹਾਡੇ ਵਾਸਤੇ? ਤੇ ਸਟਾਰ ਕਿਡ ਹੋਣਾ ਆਪਣੇ ਆਪ 'ਚ ਕਿਤੇ ਨਾ ਕਿਤੇ ਬੈਨੀਫਿਸ਼ਲ ਹੈ, ਕਿਉਂਕਿ ਸਟਾਰ ਕਿਡਸ ਨੇ ਲਾਂਚਿੰਗ ਈਜ਼ੀਲੀ ਮਿਲ ਜਾਂਦੀ ਹੈ, ਤੇ ਜਿਹੜੇ ਸਟਾਰ ਕਿਡ ਨਹੀਂ ਹੈਗੇ ਉਹਨਾਂ ਨੂੰ, ਉਹਨਾਂ ਬਾਰੇ ਕੀ ਕਹਿਣਾ ਚਾਹੋਗੇ? ਉਹਨਾਂ ਨੂੰ ਕਾਫੀ ਸਟਰਗਲ ਕਰਨਾ ਪੈਂਦਾ ਇੰਡਸਟਰੀ ਵਿੱਚ, ਚਾਹੇ ਉਹ ਬਾਲੀਵੁੱਡ ਹੈ, ਚਾਹੇ ਟੀਵੀ ਹੈ, ਚਾਹੇ ਬੋਲੀਵੁੱਡ ਹੈ, ਪੰਜਾਬੀ ਇੰਡਸਟਰੀ ਹੈ ਜੀ। ਦੇਖੋ ਜੀ, ਬੀਇੰਗ ਅ ਸਟਾਰ ਕਿਡ, ਦੇਖੋ ਬਹੁਤ ਚੀਜ਼ਾਂ ਦੇ ਫਾਇਦੇ ਹੁੰਦੇ ਨੇ, ਆਮ ਥੈਂਕਫੁਲ ਟੂ ਗੋਡ ਕਿ ਆਈ ਐਮ ਬੋਰਨ ਵਿਦ ਅ ਸਿਲਵਰ ਸਪੂਨ, ਰਾਈਟ? ਪਰ ਇਹਦੇ ਨਾਲ ਨਾਲ ਡੀਮੈਰਿਟਸ ਵੀ ਮੈਨੂੰ ਲੱਗਦਾ ਹੁੰਦੇ ਨੇ ਕਾਫੀ, ਜਿਵੇਂ ਤੁਸੀਂ ਪਹਿਲਾਂ ਹੀ ਆਪਣੇ ਬਿਨਾਂ ਕੰਮ ਕੀਤੇ ਤੁਸੀਂ ਆਲਰੇਡੀ ਕੰਪੈਰੀਜ਼ਨ 'ਚ ਆ ਜਾਂਦੇ ਹੋ ਬਿਨਾਂ ਕੰਮ ਕੀਤੇ, ਹੈ ਨਾ? ਸੋ ਇੱਕ ਜਿਹੜਾ ਨਵਾਂ ਬੰਦਾ ਸਟਰਗਲ, ਦੇਖੋ ਸਟਰਗਲ ਸਾਰੇ ਉਮਰ, ਤੁਸੀਂ ਤੁਹਾਨੂੰ ਲਾਂਚਿੰਗ ਈਜ਼ੀਲੀ ਮਿਲ ਜੂਗੀ, ਕੋਈ ਵੱਡੀ ਗੱਲ ਨਹੀਂ ਹੈਗੀ, ਉਹ ਲਾਂਚਿੰਗ ਲਾਂਚ ਤੁਸੀਂ ਈਜ਼ੀਲੀ ਹੋ ਜਾਓਗੇ, ਉਦੋਂ ਬਾਅਦ ਉਹ ਤੁਹਾਡੇ 'ਤੇ ਹੈ, ਉਹ ਤੁਹਾਡੀ ਕੋਈ ਲੈਗਸੀ ਨਹੀਂ ਤੁਹਾਨੂੰ ਰੋਕ ਸਕਦੀ ਉਸ ਇੰਡਸਟਰੀ ਦੇ ਵਿੱਚ, ਕੋਈ ਤੁਹਾਨੂੰ, ਜੇ ਤੁਹਾਡੇ 'ਚ ਟੈਲੈਂਟ ਹੈਗਾ ਤਾਂ ਤੁਸੀਂ ਉਸ ਪੂਰੀ ਇੰਡਸਟਰੀ ਨੂੰ ਥਰੂ ਆਊਟ ਸਰਵਾਈਵ ਕਰ ਸਕਦੇ ਹੋ। ਜੇ ਹੈਗਾ ਜੇ ਨਹੀਂ ਹੈਗਾ ਤਾਂ ਉਹ ਆਈ ਥਿੰਕ ਕੋਈ ਮੈਟਰ ਨਹੀਂ ਕਰਦਾ, ਕਿਉਂਕਿ ਲੋਕ ਅੱਜ ਕੱਲ੍ਹ ਬਹੁਤ ਜ਼ਿਆਦਾ ਸਿਆਣੇ ਨੇ, ਅੱਖ ਦੇਖ ਕੇ ਪਛਾਣ ਜਾਂਦੇ ਨੇ ਕਿ ਇਹ ਇਹਦੇ 'ਚ ਹੈਗਾ ਕੁਛ ਕਿ ਨਹੀਂ ਹੈਗਾ। ਸੋ ਆਈ ਥਿੰਕ ਇਹ ਤਾਂ ਬੰਦੇ ਦੀ ਕੈਪੇਬਿਲਿਟੀ ਦੇ ਉੱਤੇ ਹੈ, ਭਾਵੇਂ ਉਹ ਸਟਾਰ ਕਿੱਡ ਹੈਗਾ ਭਾਵੇਂ ਉਹ ਨਹੀਂ ਹੈਗਾ, ਪਰ ਸਟਰਗਲ, ਦੇਖੋ ਸਟਰਗਲ, ਮੈਂ ਇਹ ਕਹਿੰਦਾ ਜੀ ਸਟਰਗਲ, ਭਾਵੇਂ ਸਟਾਰ ਕਿੱਡ ਅਸੀਂ ਹੈਗੇ ਹਾਂ ਜਾਂ ਮੈਂ ਹੈਗਾ, ਤਾਂ ਉਹਦੇ ਨਾਲ ਐਂ ਆ ਥੋੜ੍ਹੀ ਜਿਹੀ ਸਟਰਗਲ ਸਾਡੀ ਸ਼ੁਰੂ ਵਾਲੀ ਘੱਟ ਹੁੰਦੀ ਆ, ਪਰ ਬਾਅਦ ਵਾਲੀ ਸਾਡੀ ਓਨੀ ਹੁੰਦੀ ਹੈ, ਕਿਉਂਕਿ ਇਹਦੇ 'ਚ ਕੋਈ ਇਹ ਨਹੀਂ ਹੁੰਦਾ ਵੀ ਤੁਸੀਂ ਇੱਕ ਹਿੱਟ ਦੇ ਤੀ, ਉਦੋਂ ਬਾਅਦ ਅਗਲੀ ਵੀ ਹਿੱਟ ਜਾਊਗੀ, ਹੋ ਸਕਦਾ ਅਗਲੀ ਫਲੋਪ ਜਾਏ, ਉਹ ਫਿਰ ਤੁਸੀਂ ਕੰਸਿਸਟੈਂਸੀ ਆਪਣੀ ਹਿੱਟਸ ਦੀ ਕਿੰਨੀ ਦਿੰਦੇ ਹੋ ਉਹ ਮੈਨੂੰ ਲੱਗਦਾ ਉਹ ਮੈਟਰ ਕਰਦਾ। ਉਹ ਭਾਵੇਂ ਇੱਕ ਨੋਰਮਲ ਬੰਦਾ, ਭਾਵੇਂ ਉਹ ਪਹਿਲਾਂ ਹੀ ਇਸ ਫੈਮਿਲੀ ਨੂੰ ਫਿਲਮ ਲਾਈਨ ਨੂੰ ਬਿਲੋਂਗ ਕਰਦਾ ਪਹਿਲਾਂ ਤੋਂ, ਮੈਨੂੰ ਤਾਂ ਲੱਗਦਾ ਦੋਨੋਂ ਫੀਲਡਸ ਦੇ ਵਿੱਚ ਸਟਰਗਲ ਹੈ ਜੀ। ਪੁਖਰਾਜ, ਜਸਵਿੰਦਰ ਭੱਲਾ ਜੀ ਤੋਂ ਅਜੇ ਕਿਹੜੀ ਚੀਜ਼ ਜਿਹੜੀ ਤੁਹਾਨੂੰ ਸਿੱਖਣ ਨੂੰ ਮਿਲੀ ਲਾਈਫ ਵਿੱਚ? ਕਿਉਂਕਿ ਕਿਤੇ ਨਾ ਕਿਤੇ ਤੁਹਾਨੂੰ ਲੱਗਦਾ ਕਿ ਕਾਮੇਡੀ ਵਿੱਚ ਜਿੰਨੇ ਉਹ ਪ੍ਰੋਜੈਕਟ ਨੇ, ਤੁਸੀਂ ਉਹਨਾਂ ਨੂੰ ਕਾਪੀ ਕਿੰਨਾ ਕਰ ਪਾਉਂਦੇ ਹੋ, ਉਹਨਾਂ ਦੀ ਤਰ੍ਹਾਂ ਐਕਟਿੰਗ ਉਹਨਾਂ ਨੂੰ ਕਿੰਨਾ ਤੁਸੀਂ ਮਤਲਬ ਰਿਜ਼ੈਂਬਲ ਫੋਲੋ ਕਰਦੇ ਹੋ? ਮੈਂ ਦੇਖੋ ਜੀ, ਮੈਨੂੰ ਲੱਗਦਾ ਜਿਹੜੀ ਕਾਪੀ ਦੀ ਗੱਲ ਆ ਉਹ ਮੈਨੂੰ ਲੱਗਦਾ ਕਰਦਾ ਨਹੀਂ ਹੈਗਾ, ਕਿਉਂਕਿ ਮੈਂ ਕਦੇ ਵੀ ਕੌਮਿਕ ਥਰੂ ਆਊਟ ਕੌਮੇਡੀ ਰੋਲ ਮੈਂ ਕਦੇ ਕੀਤਾ ਹੀ ਨਹੀਂ,
ਮੈਂ ਜੇ ਕਾਮਿਕ ਕੀਤਾ ਤਾਂ ਮੈਂ ਸਿਚੁਏਸ਼ਨਲ ਕਾਮੇਡੀ ਕੀਤੀ ਹੈ। ਡੈਡੀ ਹੋਣਾ ਦੀ ਹੁੰਦੀ ਹੈ ਡਾਇਲੋਗ ਬੇਸਡ ਕਾਮੇਡੀ, ਪੰਜ ਤੇ ਪੰਜ ਤੇ ਪੰਜ ਤੇ ਪੰਜ, ਇਹ ਡੈਡ ਹੋਣਾ ਦਾ ਸਟਾਈਲ ਆ। ਜੇ ਮੈਂ ਕੀਤੀ ਹੈ, ਮੈਂ ਗੋਲਕ ਬੁਗਨੀ ਚ ਕੀਤੀ ਹੈ, ਮੈਂ ਅਫਸਰ ਦੇ ਵਿੱਚ ਕੀਤੀ ਹੈ, ਤਸੀਮ ਜੱਸਰ ਬਾਈ ਹੋਣਾ ਨਾਲ, ਦੋ ਫਿਲਮਾਂ ਦੇ ਵਿੱਚ ਕਾਮਿਕ ਕੀਤਾ ਮੈਂ, ਤੇ ਇਹ ਦੋਨਾਂ ਦੇ ਵਿੱਚ ਸਿਚੁਏਸ਼ਨਲ ਕਾਮੇਡੀ ਸੀ। ਸੋ ਆਈ ਥਿੰਕ ਉਹਨਾਂ ਦਾ ਆਪਣਾ ਸਟਾਈਲ ਆ, ਮੇਰਾ ਆਪਣਾ ਸਟਾਈਲ ਆ। ਪਰ ਹਾਂ, ਟੈਕਨੀਕੈਲਿਟੀਜ਼ ਹੋ ਗਈ, ਕੈਮਰਾ ਫੇਸਿੰਗ ਹੋ ਗਈ, ਸ਼ੂਟਿੰਗ ਦੇ ਉੱਤੇ ਬਿਹੇਵੀਅਰ ਹੋ ਗਿਆ, ਮੈਨਰਿਜ਼ਮ ਹੋ ਗਿਆ, ਆਹ ਚੀਜ਼ਾਂ ਤਾਂ ਮੈਂ ਹਮੇਸ਼ਾ ਸਿੱਖਦਾ ਹੀ ਰਹਿੰਦਾ ਜੀ ਉਹਨਾਂ ਤੋਂ। ਓਕੇ ਜੀ, ਓਕੇ। ਤੇ ਜੇ ਗੱਲ ਕਰੀਏ ਵੈਬ ਸੀਰੀਜ਼ ਦਾ, ਕਾਫੀ ਟ੍ਰੈਂਡ ਹੈ ਜਿੱਦਾਂ ਮੈਂ ਪਹਿਲਾਂ ਵੀ ਪੁੱਛਿਆ ਸੀ, ਕਈ ਵਾਰ ਐਦਾਂ ਹੁੰਦੀ ਹੈ ਕਿ ਵੈਬ ਸੀਰੀਜ਼ ਦਾ ਟੌਪਿਕ ਅਜਿਹਾ ਹੁੰਦਾ ਜਿਹਦੇ ਕਰਕੇ ਕੰਟਰੋਵਰਸੀ ਖੜੀ ਹੋ ਜਾਂਦੀ ਹੈ। ਹਾਲ ਹੀ ਜਿਹੜੀ ਵੈਬ ਸੀਰੀਜ਼ ਆਈ ਹੈ ਪਤਾ ਲੋਕ, ਉਹ ਕਾਫੀ ਕੰਟਰੋਵਰਸੀ 'ਚ ਆਈ ਹੈ, ਕਿਉਂਕਿ ਉਹ 'ਚ ਕੁਛ ਅਜਿਹਾ ਦਿਖਾਇਆ ਗਿਆ ਜਿਹਦੇ ਕਰਕੇ ਇੰਡਸਟਰੀ ਆਪਣੇ ਆਪਣੇ ਵਿਊਜ਼ ਦੇ ਰਹੀ ਹੈ। ਇਹ ਕਿੰਨਾ ਕੁ ਸਹੀ ਹੈ? ਇਹ ਸਿਰਫ ਜਿਹੜੇ ਹਾਈਲਾਈਟਸ ਨੇ, ਇਹ TRP ਵਾਸਤੇ ਨੇ ਕਿ ਪਤਾ ਲੋਕ ਹੈ, ਜਾਂ ਤੁਹਾਨੂੰ ਲੱਗਦਾ ਕਿ ਕਿਤੇ ਨਾ ਕਿਤੇ ਇਹ ਜਿਹੜੀ ਚੀਜ਼ ਹੈ ਸੋਸਾਇਟੀ 'ਚ ਇੱਕ ਕਿਸਮ ਦੀ ਨੈਗੇਟਿਵਿਟੀ ਕ੍ਰੀਏਟ ਕਰਦੀ ਹੈ ਕਿ ਏਦਾਂ ਦਾ ਟੌਪਿਕ ਅਸੀਂ ਲੈ ਕੇ ਆਏ ਜਿਹਦੇ ਵਿੱਚ ਜੱਟਾਂ ਦੇ ਜੱਟਾਂ ਨੂੰ ਕਾਫੀ ਬੁਰਾ ਦਿਖਾਇਆ ਜਾ ਰਿਹਾ, ਉਹਨਾਂ ਦੀ ਇਮੇਜ ਤੇ ਇਫੈਕਟ ਪੈ ਰਿਹਾ ਹੈ? ਇਹਦੇ ਬਾਰੇ ਕੀ ਵਿਊਜ਼ ਨੇ ਐਜ਼ ਐਨ ਐਕਟਰ? ਦੇਖੋ, ਮੈਂ ਇਹ ਕਹਿਣਾ ਜੀ ਕਿ ਹਰ ਸਿੱਕੇ ਦਾ ਜਿਵੇਂ ਦੋ ਪਹਿਲੂ ਹੁੰਦੇ ਨੇ, ਤੇ ਹਰ ਜੇ ਤੁਸੀਂ ਕੋਈ ਸੀਰੀਜ਼ ਦੀ ਗੱਲ ਕਰਦੇ ਹੋ ਜਾਂ ਫਿਲਮ ਦੀ ਗੱਲ ਕਰਦੇ ਹੋ ਤਾਂ ਉਹਦੇ ਵੀ ਦੋ ਪੱਖ ਹੈਗੇ ਨੇ ਜੀ, ਇੱਕ ਨੈਗੇਟਿਵ ਇੱਕ ਪੋਜ਼ਿਟਿਵ। ਨੈਗੇਟਿਵ ਇਹ ਹੈਗਾ ਜੀ ਕਿ ਤੁਸੀਂ, ਜੀ ਹਾਂ, ਵੀ ਤੁਸੀਂ ਇਹ ਘਰਦਿਆਂ ਦੇ ਵਿੱਚ ਬਹਿ ਕੇ ਤੁਹਾਡਾ ਮਤਲਬ ਨਹੀਂ ਦੇਖ ਸਕਦੇ, ਹਨਾ। ਪਰ ਪੋਜ਼ਿਟਿਵ ਇਹਦਾ ਇਹ ਹੈ ਕਿ ਇਹ ਬਿਟਰ ਟਰੁੱਥ ਆ, ਇਹ ਹੈਗਾ, ਇਹ ਸੋਸਾਇਟੀ ਦੇ ਵਿੱਚ ਜੇ ਹੈਗਾ ਤਾਂ ਇਹ ਤਾਂ ਹੀ ਸ਼ੂਟ ਹੋਇਆ, ਇਹ ਤਾਂ ਹੀ ਲੋਕਾਂ ਨੂੰ ਦਿਖਾਇਆ ਗਿਆ। ਇਹ ਜੋ ਮਤਲਬ ਅਕਸਰ ਆਪਾਂ ਕੋਈ ਵੀ ਜਿਹੜੀ ਕੌੜਾ ਸੱਚ ਹੁੰਦਾ ਆਪਾਂ ਸੁਣਨਾ ਪਸੰਦ ਨਹੀਂ ਕਰਦੇ, ਨਾ ਦੇਖਣਾ, ਜਾਂ ਕੁਛ ਵੀ ਪਸੰਦ ਨਹੀਂ ਕਰਦੇ ਆਪਾਂ ਉਹ। ਪਰ ਜੇ ਹੁਣ ਉਹ ਚੀਜ਼ ਉਹਨਾਂ ਨੇ ਬਣਾਈ ਆ ਤਾਂ ਉਹ ਸੋਸਾਇਟੀ ਦੇ ਵਿੱਚ, ਜੇ ਹੁਣ ਗਾਲਾਂ ਵੀ ਨੇ ਕਿਸੇ ਵੀ ਚੀਜ਼, ਭਾਵੇਂ ਸੈਕਰਡ ਗੇਮਸ ਪਹਿਲਾਂ ਆਇਆ, ਉਦੋਂ ਬਾਅਦ ਮਿਰਜ਼ਾਪੁਰ ਆਇਆ, ਜਿੰਨੀਆਂ ਵੀ ਵੈਬ ਸੀਰੀਜ਼ ਬਾਲੀਵੁੱਡ ਆਣੀਆਂ ਨੇ, ਮੈਨੂੰ ਐਂ ਲੱਗਦਾ ਜੀ ਉਹ ਇੱਕ ਰੀਅਲਿਜ਼ਮ ਆ। ਕਿਉਂਕਿ ਅੱਜ ਕੱਲ੍ਹ ਦਾ ਜਿਹੜਾ ਫਿਲਮ ਮੇਕਿੰਗ ਦਾ ਸਟਾਈਲ ਹੋ ਗਿਆ ਨਾ, ਉਹ ਰਿਐਲਿਟੀ ਡਰਾਮਾ ਹੋ ਗਿਆ ਬਹੁਤ ਜ਼ਿਆਦਾ, ਕਿਉਂਕਿ ਜਿੰਨਾ ਤੇ ਲੋਕ ਵੀ ਉਹਦੇ ਨਾਲ ਜ਼ਿਆਦਾ ਕਨੈਕਟ ਕਰਦੇ। ਹੁਣ ਜੇ ਤੁਸੀਂ ਐਗਜ਼ਾਮਪਲ ਲੈ ਲਓ, ਜੇ ਸਾਡੀ ਵੈਬ ਸੀਰੀਜ਼ ਸੀਗੀ ਯਾਰ ਜੇਗਰੀ ਕਸੂਤੀ ਡਿਗਰੀ, ਹੁਣ ਅਸੀਂ ਉਹ ਰੀਅਲ ਡਰਾਮੇ ਤੇ ਬਣਾਇਆ, ਵੀ ਲੋਕਾਂ ਨੇ ਕਿਉਂ ਕਨੈਕਟ ਕੀਤਾ? ਕਿਉਂਕਿ ਉਹਨਾਂ ਨੇ ਵੀ ਉਹੀ ਪੀਜੀਆਂ ਚ ਰਹੇ ਨੇ, ਓਦਾਂ ਹੀ ਉਹਨਾਂ ਨੇ ਪੇਪਰ ਛੱਡੇ ਨੇ ਯਾਰਾਂ ਪਿੱਛੇ, ਓਦਾਂ ਹੀ ਉਹਨਾਂ ਨੇ ਲੜਾਈਆਂ ਲਈਆਂ, ਓਦਾਂ ਹੀ ਉਹ ਫਸੇ ਨੇ ਇੱਕੋ ਥਾਂ ਤੇ, ਉਹ ਲੋਕਾਂ ਨੇ ਕਨੈਕਟ ਕੀਤਾ ਉਸ ਚੀਜ਼ ਨੂੰ, ਭਾਵੇਂ ਉਹਦੇ ਚ ਕੁਛ ਵਲਗੈਰਿਟੀ ਨਹੀਂ ਸੀਗੀ, ਉਹ ਅਸੀਂ ਇੱਕ ਕਾਲਜ ਦਾ ਪੱਖ ਦਿਖਾਇਆ, ਰਾਈਟ। ਹੁਣ ਜੇ ਆਪਾਂ ਇਧਰਲੇ ਪਾਸੇ ਆ ਜੀ, ਇਹੋ ਜਿਹੇ ਬਹੁਤ ਟੌਪਿਕਸ ਨੇ ਜਿਹੜੇ ਬਹੁਤ ਜ਼ਿਆਦਾ ਡਾਰਕ ਨੇ, ਤੇ ਉਹ ਵੀ ਸੋਸਾਇਟੀ ਦਾ ਹਿੱਸਾ ਨੇ, ਉਹ ਚ ਭਾਵੇਂ ਗਾਣਾ ਹੋਣ, ਭਾਵੇਂ ਉਹਦੇ ਚ ਜੋ ਵੀ ਕੁਛ ਉਹਨਾਂ ਨੇ ਦਿਖਾਇਆ, ਆਈ ਥਿੰਕ ਮੇਰੇ ਹਿਸਾਬ ਨਾਲ ਉਹ ਇੱਕ ਸੋਸਾਇਟੀ ਦਾ ਹਿੱਸਾ ਰਿਹਾ। ਪਰ ਮੈਂ ਇਹ ਵੀ ਮੰਨਦਾ ਕਿ ਉਹ ਚੀਜ਼ਾਂ ਆਪਾਂ ਕੰਫਰਟੇਬਲ ਨਹੀਂ ਹੈਗੇ ਕਿਸੇ ਦੇ ਨਾਲ ਬਹਿ ਕੇ ਦੇਖਣ ਲਈ। ਸੋ ਮੈਨੂੰ ਲੱਗਦਾ ਜੇ ਆਪਾਂ ਨੈਗੇਟਿਵ ਨਾ ਸੋਚ ਕੇ ਤੇ ਉਸ ਮੁੱਦੇ ਨੂੰ ਇੱਕ ਨਵੀਂ ਸੋਚ ਨਾਲ ਦੇਖੀਏ ਕਿ ਨਹੀਂ ਵੀ ਇਹ ਇੱਕ ਅਸਲੀ ਸੱਚਾਈ ਹੈ, ਤੇ ਇਹਨੂੰ ਦੂਰ ਕਿਵੇਂ ਕਰ ਸਕਦੇ ਹਾਂ ਆਪਣੇ ਸਮਾਜ ਦੇ ਵਿੱਚੋਂ, ਹੈ ਨਾ। ਤਾਂ ਆਈ ਥਿੰਕ ਜੇ ਆਪਾਂ ਇੱਕ ਇਹੋ ਜਿਹੀ ਸੋਚ ਨਾਲ ਉਹ ਚੀਜ਼ਾਂ ਦੇਖਾਂਗੇ ਤਾਂ ਮੈਨੂੰ ਲੱਗਦਾ ਨੈਗੇਟਿਵ ਪੱਖ ਸਾਈਡ ਤੇ ਰੱਖ ਕੇ ਤਾਂ ਮੈਨੂੰ ਲੱਗਦਾ ਤੁਹਾਨੂੰ ਸਿੱਖਣ ਨੂੰ ਵੀ ਕਾਫੀ ਕੁਝ ਮਿਲੂਗਾ। ਤੇ ਕਿਤੇ ਨਾ ਕਿਤੇ ਪੁਖਰਾਜ ਲੱਗਦਾ ਜਿਹੜਾ 2020 ਸਾਲ ਹੈ ਉਹ ਇਸ ਵਾਰ ਵਧੀਆ ਨਹੀਂ ਗਿਆ ਪੂਰੇ ਦੇਸ਼ ਵਾਸਤੇ, ਤਾਂ ਕੋਰੋਨਾ ਵਾਇਰਸ ਹੈ, ਦੂਜਾ ਜਿਹੜੇ ਇੰਡਸਟਰੀ ਦੇ ਲੀਜੈਂਡਸ ਨੇ ਉਹ ਚਲੇ ਗਏ, ਜਿੱਦਾਂ ਇਰਫਾਨ ਖਾਨ, ਰਿਸ਼ੀ ਕਪੂਰ ਐਂਡ ਅੱਜ ਵਾਜਿਦ ਜੀ ਮਿਊਜ਼ਿਕ ਕੰਪੋਜ਼ਰ, ਇਹਦੇ ਬਾਰੇ ਕੀ ਕਹਿਣਾ? ਦੇਖੋ ਜੀ, ਸਾਲ ਤਾਂ ਹੁਣ ਦੇਖੋ ਸਾਰੇ ਇਹੀ ਕਹਿ ਰਹੇ ਨੇ ਕਿ ਮਾੜਾ ਚੜਿਆ, ਚਲੋ ਅਰਦਾਸ ਕਰਦੇ ਹਾਂ ਜੀ ਕਿ ਛੇਤੀ ਛੇਤੀ ਵਾਹਿਗੁਰੂ ਸਾਰਾ ਕੁਛ ਠੀਕ ਕਰੇ, ਤੇ ਹੁਣ ਪਰ ਜਿਹੜੇ ਲੋਸਿਸ ਹੋਏ ਨੇ ਜਿਵੇਂ ਰਿਸ਼ੀ ਕਪੂਰ ਜੀ ਦਾ, ਇਰਫਾਨ ਖਾਨ ਜੀ ਦਾ, ਮਤਲਬ ਬੋਥ ਆਫ ਮਾਈ ਫੇਵਰੇਟ ਐਕਟਰਸ, ਹੈ ਨਾ, ਮੈਨੂੰ ਲੱਗਦਾ ਮੇਰੇ ਨਹੀਂ ਸਾਰੇ ਇੰਡੀਆ ਦੇ ਹੀ ਉਹ ਬਹੁਤ ਪਸੰਦੀਦਾ ਸੀਗੇ। ਤੇ ਵਾਜਿਦ ਖਾਨ ਜੀ ਦਾ ਅੱਜ ਮੈਨੂੰ ਪਤਾ ਲੱਗਿਆ, ਤੇ ਕਾਫੀ ਮਤਲਬ ਇਹ ਇਹੋ ਜਿਹੇ ਲੋਸਿਸ ਨੇ ਜਿਹੜੇ ਆਪਾਂ ਇੰਡਸਟਰੀ ਪੂਰੇ ਨਹੀਂ ਕਰ ਪਾਊਗੀ ਕਾਫੀ ਦੇਰ ਤੱਕ, ਤੇ ਪਰ ਹੋਪ ਵੈਲ ਜੀ, ਰੱਬ ਅੱਗੇ ਅਰਦਾਸ ਕਰਦੇ ਹਾਂ ਕਿ ਸਾਰਾ ਕੁਛ ਜਲਦੀ ਜਲਦੀ ਠੀਕ ਹੋਏ। ਅੱਛਾ, ਹੁਣ ਤੱਕ ਤੁਸੀਂ ਜਿੰਨੇ ਵੀ ਕੈਰੈਕਟਰਸ ਕੀਤੇ ਹੋ, ਤੁਹਾਨੂੰ ਲੱਗਦਾ ਤੁਹਾਡਾ ਕਿਹੜਾ ਤੁਸੀਂ ਆਪਣਾ ਬੈਸਟ ਕੈਰੈਕਟਰ ਮੰਨਦੇ ਹੋ, ਜਿੰਨੇ ਵੀ ਕਿਦਾਂ ਅਫਸਰ ਹੈ, ਗੋਲਕ ਬੁਗਨੀ ਹੈ ਜਾਂ ਹੋਰ ਫਿਲਮਾਂ ਨੇ? ਮੈਨੂੰ ਇਦਾਂ ਲੱਗਦਾ ਹੁੰਦਾ ਸੀ ਕਿ ਮੇਰੇ ਨਾਲ ਪਤਾ ਨਹੀਂ, ਮੈਂ ਅੱਗੇ ਵੈਸੇ ਕਈ ਜਿਹੜੇ ਮੇਰੇ ਨਾਲ ਦੇ ਕੋ ਐਕਟਰਸ ਨੇ ਉਹਨਾਂ ਤੋਂ ਸੁਣਿਆ ਮੈਂ, ਤੇ ਮੈਂ ਵੀ ਇਹ ਫੀਲ ਕਰਦਾ ਕਿ ਜਦੋਂ ਤੁਸੀਂ ਕੋਈ ਵੀ ਲੇਟੈਸਟ ਕੰਮ ਕਰਦੇ ਹੋ ਨਾ, ਤੁਹਾਨੂੰ ਉਹ ਪਸੰਦ ਹੁੰਦਾ ਆਪਣਾ, ਤੇ ਉਦੋਂ 2-3 ਮਹੀਨੇ ਬਾਅਦ ਜਦੋਂ ਤੁਸੀਂ ਦੁਬਾਰਾ ਦੇਖਦੇ ਹੋ ਤੁਹਾਨੂੰ ਲੱਗਦਾ ਨਹੀਂ ਯਾਰ, ਇਦੋਂ ਵੀ ਜ਼ਿਆਦਾ ਬੈਟਰ ਕਰ ਸਕਦਾ ਸੀਗਾ ਮੈਂ।
ਸੋ ਮੈਨੂੰ ਤਾਂ ਆਪਣਾ ਹਰ ਕਰੈਕਟਰ ਦੇਖ ਕੇ ਇੱਦਾਂ ਲੱਗਦਾ ਹੁੰਦਾ ਥੋੜ੍ਹੀ ਦੇਰ ਬਾਅਦ, ਨਹੀਂ ਯਾਰ ਹਜੇ ਹੋਰ ਘੈਂਟ ਹੋ ਸਕਦਾ ਸੀਗਾ, ਹੋਰ ਵਧੀਆ ਹੋ ਸਕਦਾ ਸੀ। ਪਰ ਜੇ ਤੁਸੀਂ ਓਦਾਂ ਪੁੱਛੋ ਤਾਂ ਮੈਨੂੰ ਪਸੰਦੀਦਾ ਜਿਹੜਾ ਕਰੈਕਟਰ ਸੀਗਾ ਗੋਲਕ ਬੁਗਨੀ ਵਾਲਾ, ਕਾਲਾ ਮੋਬਾਈਲ ਵਾਲਾ, ਉਹ ਅੱਛਾ ਸੀਗਾ ਕਰੈਕਟਰ, ਮਤਲਬ ਵਧੀਆ ਲੱਗਿਆ ਸੀ ਮੈਨੂੰ। ਤੇ ਅਫਸਰ ਫਿਲਮ ਦੇ ਵਿੱਚ ਸਨੀ ਦਾ ਸੀਗਾ, ਉਹ ਵੀ ਠੀਕ ਸੀਗਾ, ਅੱਛਾ ਸੀਗਾ ਕਰੈਕਟਰ ਜੀ। ਪਰ ਜਿਹੜਾ ਬਹੁਤ ਮੇਰੇ ਦਿਲ ਦੇ ਕਰੀਬ ਹੈ ਜੀ, ਉਹ ਯਾਰ ਡਿਗਰੀ ਕਸੂਕੀ ਡਿਗਰੀ ਦਾ ਜੱਸ। ਓਕੇ, ਤੇ ਲੁਕਸ ਨਾਲ ਐਕਸਪੈਰੀਮੈਂਟ ਕਰਨਾ ਕਿੰਨਾ ਕੁ ਪਸੰਦ ਹੈ? ਕਿਉਂਕਿ ਹਰ ਕੋਈ ਜਿਹੜਾ ਸਟਾਰ ਆ ਲੁਕਸ ਨਾਲ ਐਕਸਪੈਰੀਮੈਂਟ ਕਰਨਾ ਬਹੁਤ ਪਸੰਦ ਕਰਦਾ, ਚਾਹੇ ਉਹ ਕੋਈ ਵੀ ਇੰਡਸਟਰੀ ਹੈ। ਤੁਹਾਨੂੰ ਕਿੰਨਾ ਕੁ ਪਸੰਦ ਹੈ ਲੁਕਸ ਨਾਲ ਐਕਸਪੈਰੀਮੈਂਟ ਕਰਨਾ, ਜਾਂ ਤੁਸੀਂ ਜਿੱਦਾਂ ਹੈਗੇ ਹੋ ਆਪਣੇ ਫੈਨਸ ਲਈ ਉਦਾਂ ਹੀ ਠੀਕ ਹੋ, ਸਿੰਪਲੀਸਿਟੀ ਫਸਟ ਪ੍ਰਾਇਰਿਟੀ ਹੈ, ਜਾਂ ਤੁਹਾਨੂੰ ਲੱਗਦਾ ਕਿ ਲੁਕਸ ਦਾ ਐਕਸਪੈਰੀਮੈਂਟ ਹੋਣਾ, ਲੁਕਸ ਵਿੱਚ ਐਕਸਪੈਰੀਮੈਂਟ ਹੋਣਾ ਜ਼ਰੂਰੀ ਹੈ ਕਿਉਂਕਿ ਅੱਜ ਦੀ ਨੀਡ ਬਣ ਚੁੱਕੀ ਹੈ? ਕਰਨੀਆਂ ਚਾਹੀਦੀਆਂ ਜੀ, ਲੁਕਸ ਦਾ ਐਕਸਪੈਰੀਮੈਂਟ ਜ਼ਰੂਰੀ ਹੈ, ਕਿਉਂਕਿ ਤੁਸੀਂ ਕਦੀ ਕਿਸੇ ਕਰੈਕਟਰ ਦੇ ਵਿੱਚ ਢਲਣਾ, ਕਦੀ ਕਿਸੇ ਦੇ ਵਿੱਚ। ਸੋ ਮੈਨੂੰ ਲੱਗਦਾ ਲੁਕਸ ਕਰਨੀਆਂ ਚਾਹੀਦੀਆਂ ਨੇ ਤੁਹਾਨੂੰ। ਤੇ ਮੇਰਾ ਤਾਂ ਹੁਣ ਲੋਕਡਾਊਨ ਕਰਕੇ ਵਾਲ ਕਟਾਏ ਨਹੀਂ ਗਏ, ਤਾਂ ਆਪਣੇ ਆਪ ਹੀ ਐਕਸਪੈਰੀਮੈਂਟ ਹੋ ਗਿਆ। ਪਰ ਆਈ ਥਿੰਕ ਬਹੁਤ ਵਧੀਆ ਗੱਲ ਹੈ ਜੀ, ਕਿਉਂਕਿ ਤੁਹਾਨੂੰ ਪਤਾ ਲੱਗਦਾ ਰਹਿੰਦਾ ਕਿ ਤੁਸੀਂ ਇਸ ਲੁੱਕ ਦੇ ਵਿੱਚ ਕਿੱਦਾਂ ਲੱਗੋਗੇ, ਛੋਟੇ ਵਾਲਾਂ 'ਚ ਕਿੱਦਾਂ ਲੱਗੋਗੇ, ਲੰਬਿਆਂ 'ਚ ਕਿਵੇਂ ਲੱਗੋਗੇ, ਕਿਉਂਕਿ ਜਦੋਂ ਕਦੇ ਤੁਹਾਨੂੰ ਕਰੈਕਟਰ ਦੀ ਕਿਸੇ ਦੀ ਲੋੜ ਪਊਗੀ ਤਾਂ ਤੁਹਾਨੂੰ ਯਾਦ ਹੋਊਗਾ ਕਿ ਮੈਂ ਉਹ ਲੁੱਕ ਟਰਾਈ ਕੀਤੀ ਸੀ ਤੇ ਇਹਦੇ 'ਚ ਸੂਟ ਕਰ ਸਕਦੀ ਆ ਉਹ। ਸੋ ਆਈ ਥਿੰਕ ਇਟਸ ਅ ਗੁੱਡ ਪਾਰਟ। ਤੇ ਤੁਹਾਡੇ ਲਈ ਸਭ ਤੋਂ ਵੱਡਾ ਚੈਲੰਜ ਕੀ ਰਿਹਾ? ਚੈਲੰਜ ਮੈਨੂੰ ਲੱਗਦਾ ਜੀ, ਹਰ ਪ੍ਰੋਜੈਕਟ ਜਦੋਂ ਆਪਾਂ ਕਰਦੇ ਆ, ਹਰ ਪ੍ਰੋਜੈਕਟ ਇੱਕ ਚੈਲੰਜ ਹੁੰਦਾ, ਕਿਉਂਕਿ ਤੁਸੀਂ ਕਿਹੜਾ ਕੈਰੈਕਟਰ ਕਰ ਰਹੇ ਹੋ ਤੁਸੀਂ ਉਹਨਾਂ ਜਸਟਿਸ ਕਰ ਸਕਦੇ ਆ। ਚੈਲੰਜ ਕਹਿ ਸਕਦੇ ਆ, ਚੈਲੰਜ ਪਲੱਸ ਤੁਹਾਡਾ ਜਿੰਨੀ ਵੀ ਫਿਲਮਾਂ 'ਚ ਕੰਮ ਰਿਹਾ, ਉਹਨਾਂ 'ਚ ਕੋਈ ਡ੍ਰੀਮ ਪ੍ਰੋਜੈਕਟ ਲੱਗਦਾ ਕਿ ਇਹ ਮੇਰਾ ਡ੍ਰੀਮ ਪ੍ਰੋਜੈਕਟ ਹੈ? ਜਿੰਨੀ ਵੀ ਮੈਂ ਕੰਮ ਕਰਦਾ ਤਾਂ ਹਜੇ ਪਏ ਨੇ ਜੀ, ਕਾਫੀ ਕਰਨ ਵਾਲੇ ਵੀ ਪਏ ਨੇ, ਲਿਖੇ ਵੀ ਪਏ ਨੇ। ਸੋ ਉਹਨਾਂ ਦੇ ਵਿੱਚ ਦੇਖੋ, ਹਜੇ ਤਾਂ ਡ੍ਰੀਮ ਪ੍ਰੋਜੈਕਟ ਤਾਂ ਹਜੇ ਕਰਨਾ ਜੀ ਪਿਆ ਹਜੇ ਉਹ। ਸੋ ਉਹਦੇ ਲਈ ਕਾਫੀ ਐਕਸਾਈਟਿਡ ਆ ਮੈਂ, ਜਦੋਂ ਸ਼ੂਟ ਸ਼ੁਰੂ ਹੋਊਗਾ ਤਾਂ ਸਭ ਤੋਂ ਪਹਿਲਾਂ ਲੋਕਾਂ ਨਾਲ ਸਾਂਝੀ ਕਰਾਂਗੇ ਜੀ ਉਹ ਨਿਊਜ਼। ਐਕਸਪੈਕਟੇਸ਼ਨਸ ਕੀ ਨੇ ਤੁਹਾਨੂੰ ਪੁਖਰਾਜ ਖੁਦ ਤੋਂ? ਐਕਸਪੈਕਟ ਕੀਤਾ ਕਦੇ ਕੁਝ? ਕਿਉਂਕਿ ਕੁਝ ਨਾ ਕੁਝ ਆਪਾਂ ਐਕਸਪੈਕਟ ਕਰ ਰਹੇ ਹਾਂ ਕਿ ਐਕਸਪੈਕਟੇਸ਼ਨ ਹੋਵੇ। ਐਕਸਪੈਕਟ ਇਹੀ ਹੈ ਜੀ ਕਿ ਵਧੀਆ ਕੰਮ ਕਰੀ ਚੱਲੀਏ, ਇੰਡਸਟਰੀ ਦੇ ਵਿੱਚ ਖੜੇ ਰਹੀਏ, ਟਿਕੇ ਰਹੀਏ, ਤੇ ਲੋਕਾਂ ਦਾ ਦਿਲ ਜਿੱਤਦੇ ਰਹੀਏ। ਆਹੀ ਐਕਸਪੈਕਟੇਸ਼ਨਸ ਨੇ ਜੀ ਬਸ ਲੋਕਾਂ ਨੂੰ, ਜਿਹੜਾ ਕੰਮ ਅਸੀਂ ਕਰਦੇ ਹਾਂ ਦਿਲੋਂ ਕਰਦੇ ਹਾਂ ਤੇ ਉਹ ਲੋਕਾਂ ਦੇ ਦਿਲ ਨਾਲ ਕਨੈਕਟ ਹੋਵੇ ਤੇ ਲੋਕਾਂ ਨੂੰ ਪਸੰਦ ਆਵੇ, ਇਹੀ ਐਕਸਪੈਕਟੇਸ਼ਨ ਹੈ ਜੀ ਸਾਡੀ। ਤੇ ਜਿੰਨਾ ਵੀ ਕੰਮ ਕੀਤਾ ਇੰਡਸਟਰੀ 'ਚ, ਲੱਗਦਾ ਕਿ ਜਿੰਨਾ ਤੁਸੀਂ ਡਿਜ਼ਰਵ ਕਰਦੇ ਹੋ ਓਨਾ ਤੁਹਾਨੂੰ ਮਿਲਿਆ ਨਹੀਂ ਹੈ? ਕਦੇ ਨਾ ਕਦੇ ਏਦਾਂ ਫੀਲ ਹੋਇਆ, ਜਾਂ ਜਿੰਨਾ ਮਿਲਿਆ ਮੈਂ ਡਿਜ਼ਰਵ, ਮੈਂ ਖੁਸ਼ ਹਾਂ ਉਹ 'ਚ, ਸੈਟਿਸਫਾਈ ਹੋ, ਤਵੱਜੋ ਮਿਲੀ ਹੈ? ਕਿਉਂਕਿ ਇੱਕ ਤੁਸੀਂ ਭੱਲਾ ਜੀ ਦੇ ਬੇਟੇ ਹੋ, ਜਿੰਨੀ ਤਵੱਜੋ ਮਿਲਣੀ ਚਾਹੀਦੀ ਇੱਕ ਓਨੀ ਤੁਹਾਨੂੰ ਮਿਲੀ, ਤੁਹਾਨੂੰ ਲੱਗਦਾ ਕਿਤੇ ਨਾ ਕਿਤੇ ਜਾਂ ਕਦੇ ਫੀਲ ਹੋਇਆ ਕਿ ਨਹੀਂ ਹਜੇ ਹਾਲੇ ਉਹ ਨਹੀਂ ਹੈ? ਦੇਖੋ ਸੈਟਿਸਫਾਈ, ਸੈਟਿਸਫੈਕਸ਼ਨ ਹੋ ਗਈ, ਜਿਵੇਂ ਸਾਰੇ ਕਹਿੰਦੇ ਨੇ ਵੀ ਤੁਸੀਂ ਉਹਨਾਂ ਦੇ ਬੇਟੇ ਹੋ ਤੁਹਾਨੂੰ ਇਦਾਂ ਮਿਲਣਾ। ਮੈਂ ਉਹੀ ਡੈਡ ਹੁਣਾਂ ਨਾਲ ਵੀ ਡਿਸਕਸ ਕਰਦਾ ਹੁੰਦਾ ਕਿ ਜੇ ਲਾਂਚ ਹੀ ਸਿੱਧਾ ਮੈਂ ਐਜ਼ ਅ ਲੀਡ ਹੋਣਾ ਹੁੰਦਾ, ਫਿਰ ਤਾਂ ਮੈਂ ਕਿੰਨੇ ਸਾਲ ਪਹਿਲਾਂ ਦਾ ਹੋ ਜਾਣਾ, ਹੁਣ ਤੱਕ ਵੇਟ ਕਿਉਂ ਕਰ ਰਿਹਾ ਸੀਗਾ, ਉਦੋਂ ਦਾ ਹੀ ਹੋ ਜਾਂਦਾ। ਚੱਕਰ ਇਹ ਸੀਗਾ ਜੀ ਕਿ ਮੈਂ ਆਪਣੇ ਆਪ ਨੂੰ ਪਹਿਲਾਂ ਦੇਖਣਾ ਚਾਹੁੰਦਾ ਸੀਗਾ ਵੀ ਮੈਂ ਕੈਪੇਬਲ ਹੈਗਾ ਇੱਕ ਪੂਰੀ ਫਿਲਮ ਨੂੰ ਆਪਣੇ ਮੋਢਿਆਂ 'ਤੇ ਚੱਕਣ ਜੋਗਾ, ਉਹ ਚੀਜ਼ ਹੈ। ਸੋ ਜਦੋਂ ਮੈਨੂੰ ਲੱਗਿਆ ਵੀ ਹਾਂ ਮੈਨੂੰ ਲੱਗਦਾ ਮਾੜਾ ਮੋਟਾ ਕਰ ਸਕਦਾ ਮੈਂ, ਉਦੋਂ ਫਿਰ ਆਹ ਜਿਹੜੀ ਸੀਗੀ ਡੀਲ ਆਪਣੇ ਤੇਰੀਆਂ ਮੇਰੀਆਂ ਹੇਰਾ ਫੇਰੀਆਂ ਵਾਲੀ, ਉਹ ਉਦੋਂ ਹੋਈ ਜੀ। ਸੋ ਉਦੋਂ ਮੈਨੂੰ ਲੱਗਿਆ ਵੀ ਇਹ ਰਾਈਟ ਚੋਇਸ ਆ। ਸੋ ਹੁਣ ਉਹ ਤੋਂ ਬਾਅਦ ਦੂਜੀ ਕੇ ਸੀ ਬਕਾੜੀਆ ਜੀ ਨੇ, ਬਾਲੀਵੁੱਡ ਦੇ ਬਹੁਤ ਵੱਡੇ ਫਿਲਮ ਮੇਕਰ, ਉਹਨਾਂ ਨਾਲ ਹੁਣ ਮੈਂ ਦੂਜੀ ਆਪਣੀ ਲੀਡ ਫਿਲਮ ਕਰ ਰਿਹਾ ਜੀ। ਮੇਰੀ ਬਹੁਤੀ ਦਾ ਵਿਆਹ, ਉਹਦਾ ਸ਼ੂਟ ਚੱਲ ਰਿਹਾ ਸੀ, ਉਹ ਵੀ ਲੋਕਡਾਊਨ ਕਰਕੇ ਰੁਕਿਆ ਹੋਇਆ ਜੀ। ਸੋ ਮੈਨੂੰ ਐਂ ਲੱਗਦਾ ਵੀ ਪਹਿਲਾਂ ਇੱਦਾਂ ਕਈ ਵਾਰੀ ਹੁੰਦਾ ਸੀਗਾ ਵੀ ਛੋਟਾ ਕੈਰੈਕਟਰ ਕੀਤਾ ਤੇ ਹਾਂ ਵੀ ਲੋਕਾਂ ਦੀ ਥੋੜੀ ਥੋੜੀ ਰੈਕਗਨਾਈਜੇਸ਼ਨ ਮਿਲਦੀ ਸੀ, ਹਾਂ ਤੁਹਾਨੂੰ ਉਸ ਫਿਲਮ 'ਚ ਦੇਖਿਆ, ਹਾਂ ਜੀ ਤੁਹਾਨੂੰ ਉਸ ਫਿਲਮ ਦੇ ਵਿੱਚ ਦੇਖਿਆ। ਪਰ ਜਿੰਨੀ ਰੈਕਗਨਾਈਜੇਸ਼ਨ ਮੈਨੂੰ ਯਾਰ ਡਿਗਰੀ ਕਸੂਤੀ ਡਿਗਰੀ ਨੇ ਦਿੱਤੀ, ਉਹ ਅੱਜ ਤੱਕ ਕਿਸੇ ਫਿਲਮ ਨੇ ਨਹੀਂ ਦਿੱਤੀ। ਸੋ ਉਹ ਇਸੇ ਕਰਕੇ ਵਾਈਜੇ ਕਿਹੜੀ ਬਹੁਤ ਜ਼ਿਆਦਾ ਦਿਲ ਦੇ ਕਰੀਬ ਹੈ ਮੇਰੇ। ਅੱਛਾ, ਟਿਕਟੋਕ ਦੀ ਗੱਲ ਕਰਿਆ, ਟਿਕਟੋਕ ਕਾਫੀ ਈਜ਼ੀ ਸੋਸ਼ਲ ਮੀਡੀਆ ਟ੍ਰੈਂਡਿੰਗ 'ਚ ਆ, ਕਾਫੀ ਲੋਕ ਉਹਨੂੰ ਯੂਜ਼ ਕਰ ਰਹੇ, ਕਾਮਨ ਪਰਸਨ ਜਾਂ ਸੈਲੀਬ੍ਰਿਟੀਜ਼ ਤਾਂ ਇੱਕ ਤਰੀਕੇ ਨਾਲ ਯੂਜ਼ ਕਰ ਰਹੇ, ਪਰ ਜਿਹੜੇ ਕੁਝ ਲੋਕ ਨੇ, ਜਿੱਦਾਂ 3-4 ਦਿਨ ਪਹਿਲਾਂ ਕਿਸੇ ਨੇ ਖਬਰ ਪਾਈ ਸੀ ਕਿ ਕਰਮਜੀਤ ਅਨਮੋਲ ਜੀ ਦੀ ਡੈਥ ਹੋ ਗਈ, ਉਸ ਤੋਂ ਬਾਅਦ ਕਰਨ ਔਜਲਾ ਦੇ ਨਾਮ ਅੱਗੇ RIP ਲਿਖਤਾ, ਤੇ ਏਦਾਂ ਦੇ ਲੋਕ ਜਿਹੜੇ ਸ਼ਰਾਰਤੀ ਅਨਸਰ ਨੇ, ਉਹਨਾਂ ਬਾਰੇ ਕੀ ਕਹਿਣਾ? ਇਹ ਕਿੰਨਾ ਕੁ ਸਹੀ ਕਿ ਜਿਹੜੇ ਲੋਕ ਨੇ ਟਿਕਟੋਕ ਦਾ ਮਿਸਯੂਜ਼ ਵੀ ਕਰ ਰਹੇ ਨੇ, ਸੋਸ਼ਲ ਮੀਡੀਆ ਦਾ ਜਿਹੜਾ ਇੱਕ ਯੂਜ਼ ਦਾ ਤਰੀਕੇ ਨਾਲ ਵੀ ਕੀਤਾ ਜਾ ਸਕਦਾ ਹੈ। ਕਈ ਲੋਕ ਏਦਾਂ ਯੂਜ਼ ਕਰਦੇ ਨੇ ਕਿ ਟਿਕਟੋਕ ਨੂੰ ਬੈਨ ਕਰਨ ਤੱਕ ਦੀ ਨੌਬਤ ਆ ਜਾਂਦੀ ਹੈ ਅਕਾਊਂਟ ਦੀ, ਉਹਨਾਂ ਬਾਰੇ ਕੀ ਵਿਊਜ਼ ਨੇ? ਕਿੰਨਾ ਕੁ ਸਹੀ ਹੈ ਸੋਸਾਇਟੀ ਵਾਸਤੇ ਕਿ ਤੁਸੀਂ, ਤੁਹਾਨੂੰ ਮਨਾ ਨਹੀਂ, ਤੁਸੀਂ ਕੋਈ ਵੀ ਐਪ ਹੈ ਉਹਦਾ ਤਰੀਕੇ ਨਾਲ ਯੂਜ਼ ਕਰੋ, ਇਹ ਨਹੀਂ ਕਿ ਤੁਸੀਂ ਉਹਦਾ ਮਿਸਯੂਜ਼ ਕਰੋ। ਜੀ ਟਿਕਟੋਕ ਕਾਫੀ ਬਦਨਾਮ ਹੋ ਚੁੱਕੀ ਹੈ, ਰੇਟਿੰਗ ਵੀ ਕਾਫੀ ਜਿਹੜੀ ਹੈਗੀ ਉਹ ਗਿਰ ਚੁੱਕੀ ਹੈ।
ਜੀ 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 ਉਹ ਦਰਅਸਲ ਇੱਦਾਂ ਹੈ ਜੀ ਕਿ ਜਿਵੇਂ ਆਹ ਲੋਕ ਸ਼ਰਾਰਤਾਂ ਨਹੀਂ ਕਹਾਂਗੇ ਇਹਨੂੰ, ਬਦਤਮੀਜ਼ੀ ਕਹਾਂਗੇ ਜੀ, ਕਿ ਇੰਨੇ ਵੱਡੇ ਫਨਕਾਰਾਂ ਨੂੰ ਜਾਂ ਹਰ ਜੇ ਭਾਵੇਂ ਛੋਟਾ ਸਟਾਰ ਆ ਭਾਵੇਂ ਵੱਡਾ ਸਟਾਰ ਆ, ਦੇਖੋ ਜੀ ਆਰਟਿਸਟ ਆਰਟਿਸਟ ਆ, ਹੈ ਨਾ, ਤੇ ਜੇ ਤੁਸੀਂ ਉਹਨਾਂ ਦੇ ਗੀਤ ਸੁਣਦੇ ਹੋ, ਉਹਨਾਂ ਦਾ ਕੰਮ ਪਸੰਦ ਕਰਦੇ ਹੋ, ਉਹਨਾਂ ਦੀ ਅਦਾਕਾਰੀ ਪਸੰਦ ਕਰਦੇ ਹੋ, ਫਿਰ ਮੈਨੂੰ ਲੱਗਦਾ ਨਹੀਂ ਵੀ ਤੁਹਾਨੂੰ ਇਹੋ ਜਿਹੀਆਂ ਚੀਪ ਹਰਕਤਾਂ ਕਰਨ ਦੀ ਲੋੜ ਆ। ਸੋ ਮੈਨੂੰ ਤਾਂ ਇਹ ਗੱਲਾਂ ਬਹੁਤ ਮਾੜੀਆਂ ਲੱਗਦੀਆਂ ਜੀ, ਇਹ ਜੀ ਨਾਲੇ ਇਹਦੇ ਨਾਲ ਤੁਹਾਡਾ ਕੀ ਫਾਇਦਾ ਹੋਣ ਲੱਗਿਆ, ਹੈ ਨਾ। ਸੋ ਮੈਨੂੰ ਲੱਗਦਾ ਮੈਨੂੰ ਪਤਾ ਨਹੀਂ ਸੀ ਕਿਉਂ ਕਰਦੇ ਨੇ ਲੋਕੀ, ਪਰ ਨਹੀਂ ਹੋਣਾ ਚਾਹੀਦਾ ਜੀ। ਸੋ ਮੈਂ ਤਾਂ ਬਿਲਕੁਲ ਅਪੋਜ਼ ਕਰਦਾ ਜੀ ਇਸ ਚੀਜ਼ ਨੂੰ। ਓਕੇ, ਤੇ ਪੁਖਰਾਜ ਤੁਸੀਂ ਐਕਟਿੰਗ ਦੇ ਕਿਹੜੇ ਜ਼ੋਨ ਚ ਕੰਫਰਟੇਬਲ ਹੁੰਦਾ ਹੋ, ਫੀਲ ਕਰਦੇ ਹੋ? ਕੰਫਰਟੇਬਲ ਮੈਂ ਜ਼ਿਆਦਾਤਰ, ਮੈਂ ਹਜੇ ਤੱਕ ਕੀਤਾ ਨਹੀਂ ਜੀ ਉਹ। ਸੋ ਮੈਂ ਗ੍ਰੇ ਸ਼ੇਡ ਦੇ ਵਿੱਚ ਬਹੁਤ ਜ਼ਿਆਦਾ ਕੰਫਰਟੇਬਲ ਹਾਂ, ਮਤਲਬ ਨੈਗੇਟਿਵ ਰੋਲਸ ਕਰਨੇ ਮੈਨੂੰ ਬਹੁਤ ਪਸੰਦ ਨੇ। ਸੋ ਉਹ ਜਲਦੀ ਤੁਹਾਨੂੰ ਦੇਖਣ ਨੂੰ ਮਿਲੂਗਾ ਜੀ ਕਿਸੇ ਪ੍ਰੋਜੈਕਟ ਦੇ ਵਿੱਚ। ਜੇ ਤੁਹਾਨੂੰ ਅਪੋਰਚੁਨਿਟੀ ਮਿਲਦੀ ਹੈ ਨੈਗੇਟਿਵ ਕੈਰੇਕਟਰ ਦੀ, ਕਿੱਦਾਂ ਦਾ ਕਰਨਾ ਚਾਹੋਗੇ ਨੈਗੇਟਿਵ ਕੈਰੇਕਟਰ? ਜਿੱਦਾਂ ਬਾਇਓਪਿਕਸ ਵੀ ਬਣੇ, ਸਪੋਰਟਸ ਬਾਇਓਪਿਕ ਹੈ ਜਾਂ ਕਿਸੇ ਦੀ, ਕਿਸੇ ਦੀ ਵੀ ਬਾਇਓਪਿਕ ਹੈ, ਚਾਹੇ ਕੋਈ ਗੈਂਗਸਟਰ ਹੈ, ਚਾਹੇ ਕੋਈ ਵੀ ਪਰਸਨੈਲਿਟੀ ਹੈ, ਪੋਲਿਟਿਕਸ ਹੈ, ਕਿਸੇ ਵੀ ਤਰ੍ਹਾਂ ਦੀ ਜੀ, ਬਸ ਜਿਹੜੀ ਇੱਕ ਰੀਅਲ ਕੈਰੇਕਟਰ ਹੋਵੇ, ਸੋਸਾਇਟੀ ਦੇ ਨਾਲ ਰਿਲੇਟੇਬਲ ਹੋਵੇ, ਭਾਵੇਂ ਸੋਸਾਇਟੀ ਦੇ ਵਿੱਚੋਂ ਨਿਕਲਿਆ ਕੈਰੇਕਟਰ ਹੋਵੇ, ਤੇ ਉਹ ਜਿਹੜੇ ਰੀਅਲ ਬੇਸਡ ਡਰਾਮਾਸ ਹੁੰਦੇ ਨੇ ਉਹ ਮੈਨੂੰ ਬਹੁਤ ਪਸੰਦ ਨੇ, ਬਹੁਤ ਮੇਰੇ ਦਿਲ ਦੇ, ਮੇਰਾ ਫੇਵਰਿਟ ਜੋਨਰ ਹੈ ਰੀਅਲਿਸਟਿਕ ਡਰਾਮਾ ਥ੍ਰਿਲਰ, ਹੈ ਨਾ। ਇਹ ਚੀਜ਼ਾਂ ਮੈਨੂੰ ਬਹੁਤ ਜ਼ਿਆਦਾ ਪਸੰਦ ਨੇ, ਜਿਵੇਂ ਮਿਰਜ਼ਾਪੁਰ ਟਾਈਪਸ ਹੋ ਗਿਆ, ਜਾਂ ਜਿੰਨੇ ਮਤਲਬ ਤੁਹਾਡੀ ਸੋਸਾਇਟੀ ਦੇ ਵਿੱਚੋਂ ਨਿਕਲੇ ਹੋਏ ਨੇ ਜਿਹੜੇ ਕੈਰੈਕਟਰਸ, ਉਹ ਪਲੇ ਕਰਨੇ ਬਹੁਤ ਪਸੰਦ ਨੇ ਮੈਨੂੰ। ਓਕੇ, ਮੈਂ ਤਾਂ ਤੁਹਾਡਾ ਫੇਵਰਿਟ ਡੀਟੇਲਸ ਹੋ ਗਿਆ, ਮੈਨੂੰ ਫੇਵਰਿਟ ਜੋਨਰ ਕਹਿ ਸਕਦਾ, ਫੇਵਰਿਟ ਜੋਨਰ ਕਹਿ ਸਕਦਾ ਤੁਹਾਡਾ ਨਾ? ਜੀ 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 ਜੀ। ਅੱਛਾ, ਇੰਟਰਸਟਿੰਗ ਫੈਕਟ ਕੀ ਰਿਹਾ ਤੁਹਾਡੇ ਲਈ ਪੰਜਾਬੀ ਇੰਡਸਟਰੀ ਚ? ਸੌਰੀ, ਇੰਟਰਸਟਿੰਗ ਫੈਕਟ? ਫੈਕਟ ਇੰਟਰਸਟਿੰਗ, ਇੰਟਰਸਟਿੰਗ ਫੈਕਟ ਮੈਨੂੰ ਲੱਗਦਾ ਇਹ ਹੈਗਾ ਜੀ ਕਿ ਪੰਜਾਬੀ ਇੰਡਸਟਰੀ ਦਾ ਜਿਹੜਾ ਮਿਆਰ ਆ ਉਹ ਇਸ ਟਾਈਮ, ਲੋਕਡਾਊਨ ਤੋਂ ਪਹਿਲਾਂ ਦੀ ਗੱਲ ਕਰਦੇ ਹਾਂ, ਜਦੋਂ ਤੱਕ ਥੀਏਟਰਸ ਚੱਲਦੇ ਸੀਗੇ ਜਾਂ ਫਿਲਮਾਂ ਰਿਲੀਜ਼ ਹੋ ਰਹੀਆਂ ਸੀਗੀਆਂ, ਤੁਸੀਂ ਪੰਜਾਬੀ ਇੰਡਸਟਰੀ ਦਾ ਮਿਆਰ ਦੇਖ ਲਓ ਕਿ ਇੰਨਾ ਕੁ ਜ਼ਿਆਦਾ ਅਸੀਂ ਵਧਾ ਚੁੱਕੇ ਸੀਗੇ ਕਿ ਜਿੰਨੇ ਬਾਲੀਵੁੱਡ ਸਟਾਰਸ ਵੀ ਨੇ ਉਹ ਵੀ ਇਹ ਦੇਖ ਆਪਣੀ ਫਿਲਮ ਦੇਖ ਕੇ ਰਿਲੀਜ਼ ਕਰਦੇ ਸੀ ਕਿ ਨਾਲ ਕੋਈ ਪੰਜਾਬੀ ਫਿਲਮ ਨਹੀਂ ਹੈਗੀ। ਸੋ ਆਈ ਥਿੰਕ ਦਿਸ ਕ੍ਰੇਜ਼ੀ ਫੈਕਟ ਅਬਾਊਟ ਪੰਜਾਬੀ ਇੰਡਸਟਰੀ ਕਿ ਉਹਨਾਂ ਨੂੰ ਵੀ ਦੇਖਣਾ ਪੈਂਦਾ ਕਿ ਪੰਜਾਬ ਵਾਲੇ ਪਾਸਿਓਂ ਸਾਡੀ ਜਿੰਨੀ ਕਮਾਈ ਹੈਗੀ ਉਹ ਘੱਟ ਨਾ ਰਹਿ ਜੇ, ਕਿਉਂਕਿ ਕੋਈ ਪੰਜਾਬੀ ਫਿਲਮ ਤਕੜੀ ਤਾਂ ਨਹੀਂ ਨਾਲ ਲੱਗੀ ਹੋਈ। ਸੋ ਆਈ ਥਿੰਕ ਇਹ ਕਾਫੀ ਵਧੀਆ ਇੱਕ ਇੰਟਰਸਟਿੰਗ ਫੈਕਟ ਹੈ ਜੀ ਆਪਣੇ ਸਿਨੇਮਾ ਬਾਰੇ। ਅੱਛਾ, ਤੁਸੀਂ ਐਕਟਿੰਗ ਤੋਂ ਇਲਾਵਾ ਕੁਝ ਹਟਕੇ ਕਰਨ ਦੀ ਕੋਸ਼ਿਸ਼ ਕੀਤੀ ਹੈ ਕਦੇ, ਮੈਂ ਕੁਝ ਅਲੱਗ ਕਰਾਂ, ਡਿਫਰੈਂਟ ਕਰਾਂ, ਜਦੋਂ ਹਟਕੇ ਹੋਵੇ, ਕਿਸੇ ਨੇ ਹਾਲੇ ਤੱਕ ਕੀਤਾ ਹੋਵੇ, ਟਰਾਈ ਵੀ ਨਾ ਕੀਤਾ ਹੋਵੇ ਐਕਟਿੰਗ ਦੇ ਵਿੱਚ? ਐਕਟਿੰਗ ਤੋਂ ਇਲਾਵਾ, ਐਕਟਿੰਗ ਤੋਂ ਇਲਾਵਾ, ਐਕਟਿੰਗ ਤੋਂ ਇਲਾਵਾ ਮੇਰੇ ਇੱਕ ਯਾਰ ਜਿਗਰੀ ਕਸੂਤੀ ਡਿਗਰੀ ਦੇ ਵਿੱਚ ਹੀ ਇੱਕ ਟਰੈਕ ਸੀਗਾ ਜੀ ਮੇਰਾ ਜ਼ਾਲਮਾ, ਤੇ ਹੁਣੇ ਸਪੀਡ ਰੈਕਟਸ ਵੱਲੋਂ ਜਦੋਂ ਲੋਕਡਾਊਨ ਸ਼ੁਰੂ ਜਿਹਾ ਹੋਇਆ ਉਦੋਂ ਮੇਰਾ ਸਪੀਡ ਰੈਕਟਸ ਵੱਲੋਂ ਗਾਣਾ ਆਇਆ ਜੀ ਕਾਊਂਟਲੈਸ, ਤੇ ਸਿੰਗਿੰਗ ਨਾਲ ਨਾਲ ਚੱਲੀ ਜਾਂਦੀ ਹੈ ਜੀ, ਤੇ ਨਾਲ ਨਾਲ ਕਰਦੇ ਰਵਾਂਗੇ, ਸ਼ੌਂਕ ਆ, ਹੌਬੀ ਆ, ਸੋ ਇਹ ਵੀ ਨਾਲ ਨਾਲ ਤੀਰ ਤੁੱਕਾ ਮਾਰੀ ਜਾਵਾਂਗੇ ਜੀ। ਪਰ ਫਿਰ ਵੀ ਰਿਸਕ ਹਜੇ ਨਹੀਂ ਲੈਣਾ ਚਾਹੀਦਾ ਜੀ ਕਿਸੇ ਨੂੰ ਵੀ, ਕਿਉਂਕਿ ਕਰੋਨਾ ਜਦੋਂ ਨਹੀਂ ਖਤਮ ਹੋਇਆ ਜੀ, ਤੇ ਮੇਰੇ ਹਿਸਾਬ ਨਾਲ ਬਹੁਤ ਹੀ ਤੁਹਾਨੂੰ ਕੇਅਰਫੁਲੀ ਤੇ ਰਿਸਕ ਫਰੀ ਜਗ੍ਹਾ ਤੇ ਹੀ ਤੁਹਾਨੂੰ ਜਾਣਾ ਚਾਹੀਦਾ, ਕਿਉਂਕਿ ਮਾਸਕ ਤੁਹਾਡੇ ਲੱਗੇ ਹੋਣੇ ਚਾਹੀਦੇ ਨੇ, ਤੇ ਕਿਉਂਕਿ ਹੁਣ ਤਾਂ ਮੈਂ ਤਾਂ ਕੀ ਦੱਸਣਾ ਜੀ, ਸਾਰਿਆਂ ਨੂੰ ਪਤਾ ਹੀ ਹੈ ਵੀ ਕੀ ਮੇਜ਼ਰਸ ਲੈਣੇ ਨੇ ਤੁਸੀਂ, ਪਰ ਫਿਰ ਵੀ ਜੀ ਬਚਾਅ ਨਾਲ ਹੀ ਚੱਲਣਾ ਪੈਣਾ ਹਜੇ, ਕਿਉਂਕਿ ਕੇਸਿਸ ਹਜੇ ਵੀ ਵੱਧ ਰਹੇ ਨੇ। ਸ਼ੁਰੂ ਸੀਗੀ ਜੀ ਬੀਨੂ ਬਾਈ ਹੁਣਾਂ ਨਾਲ ਫਿਲਮ, ਅਨਟਾਈਟਲਡ ਆ ਹਜੇ, ਤੇ ਉਹ ਉਦੋਂ ਬਾਅਦ ਫਿਰ ਨਾਲ ਨਾਲ ਯਾਰ ਜਿਗਰੀ ਕਸੂਤੀ ਡਿਗਰੀ 2 ਦਾ ਪਾਰਟ 2 ਦਾ ਸ਼ੂਟ ਚੱਲ ਰਿਹਾ ਸੀਗਾ, ਫਿਰ ਨਾਲ ਗਾਣੇ ਚੱਲ ਰਹੇ ਸੀਗੇ ਜੀ, ਗਾਣਿਆਂ ਦੇ ਇੱਕ ਗਾਣਾ ਮੇਰਾ ਸ਼ੂਟ ਹੋਇਆ ਪਿਆ ਜੀ ਹਜੇ ਉਹ ਆਉਣਾ,
ਉਦੋਂ ਬਾਅਦ ਅਗਲੇ ਗਾਣੇ ਦੀ ਸ਼ੂਟ ਸਪੈਂਡਿੰਗ ਪਈਆਂ ਸੀਗੀਆਂ ਸੋ ਕਾਫੀ ਕੰਮ ਸੀਗਾ ਜੀ ਪਾਈਪਲਾਈਨ ਚ ਤੇ ਹਜੇ ਫਿਲਹਾਲ ਖੜਿਆ ਹਾਂ। ਅੱਛਾ ਤੁਹਾਨੂੰ ਤੁਸੀਂ ਸੈਟੀਸਫਾਈ ਹੋ ਕਿਉਂਕਿ ਸੈਟੀਸਫਾਈ ਦਾ ਕੋਈ ਵੀ ਨਹੀਂ ਹੁੰਦਾ ਕੋਈ ਵੀ ਫੀਲਡ ਤੁਹਾਨੂੰ ਕਿਤੇ ਨਾ ਕਿਤੇ ਲੱਗਦਾ ਕਿ ਮੈਂ ਖੁਦ ਨੂੰ ਹੋਰ ਪੋਲਿਸ਼ ਕਰਾਂ ਮੈਂ ਹੋਰ ਇੰਪਰੂਵ ਕਰਾਂ ਜੀ ਇੱਕ ਕਲਾਕਾਰ ਅੰਦਰ ਉਹ ਭੁੱਖ ਹੁੰਦੀ ਹੈ ਕਿ ਮੈਂ ਖੁਦ ਹੋਰ ਵਧੀਆ ਕਰਾਂ ਮੈਂ ਤਾਂ ਕਿ ਫੈਨਸ ਨੂੰ ਪੂਰਾ ਟੀਮ ਵਰਕ ਹੁੰਦਾ ਫੈਨਸ ਨੂੰ ਬਹੁਤ ਐਕਸਪੈਕਟੇਸ਼ਨ ਹੁੰਦੀਆਂ ਨੇ ਕਿ ਸਾਡਾ ਫੇਵਰਿਟ ਸਟਾਰ ਆ ਰਿਹਾ ਇੰਨੇ ਟਾਈਮ ਬਾਅਦ ਅਸੀਂ ਉਹਨੂੰ ਦੇਖਣਾ ਪਸੰਦ ਕਰਾਂਗੇ। ਹਾਂਜੀ 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 ਦੇਖੋ ਇਹ ਤਾਂ ਹੁੰਦਾ ਹੀ ਆ ਜੀ ਵੀ ਆਪਣਾ ਕੰਮ ਹੋਰ ਵਧੀਆ ਕਰੀਏ ਹੋਰ ਪੋਲਿਸ਼ ਕਰੀਏ ਹੋਰ ਨਿਖਾਰੀਏ ਉਸ ਕੰਮ ਨੂੰ ਇਹ ਤਾਂ ਆਈ ਥਿੰਕ ਕੋਈ ਵੀ ਆਰਟਿਸਟ ਆ ਉਹ ਕਦੇ ਵੀ ਸੈਟੀਸਫਾਈ ਨਹੀਂ ਹੋ ਸਕਦਾ ਤੇ ਓਦਾਂ ਹੀ ਮੈਂ ਆ ਜੀ ਕਿਉਂਕਿ ਇੱਕ ਬਚਨ ਸਾਹਿਬ ਦੀ ਇੰਟਰਵਿਊ ਦੇਖੀ ਸੀਗੀ ਮੈਂ ਉਹਦੇ 'ਚ ਉਹਨਾਂ ਨੇ ਕਿਹਾ ਸੀਗਾ ਉਹ ਕਹਿੰਦੇ ਵੀ ਮੈਨੂੰ ਐਂ ਲੱਗਦਾ ਵੀ ਮੈਂ ਹਜੇ ਵੀ ਸਿੱਖਦਾ ਰਹਿੰਦਾ ਤੇ ਜੇ ਉਹ ਇਹ ਗੱਲ ਕਹਿ ਰਹੇ ਨੇ ਫਿਰ ਅਸੀਂ ਤਾਂ ਹਜੇ ਹੈ ਹੀ ਨਹੀਂ ਜੀ ਕੁਛ। ਤੁਹਾਡੇ ਬਾਲੀਵੁੱਡ ਲਈ ਕੋਈ ਪਲਾਨ ਹੈ ਕਿ ਨਹੀਂ ਕਦੇ ਸੋਚਿਆ ਕਿ ਮੈਂ ਬਾਲੀਵੁੱਡ 'ਚ ਆਵਾਂ ਕਿਸੇ ਐਕਟਰਸ ਨਾਲ ਕੰਮ ਕਰਾਂ ਕੋਈ ਇੱਕ ਤਮੰਨਾ ਹੁੰਦੀ ਹੈ ਦਿੱਲੀ ਤਮੰਨਾ ਜਿੱਦਾਂ ਜਿਹੜੇ ਪੰਜਾਬੀ ਇੰਡਸਟਰੀ ਦੇ ਸਿੰਗਰਸ ਨੇ ਜਿੱਦਾਂ ਜੱਸੀ ਗਿੱਲਾ ਉਹ ਬਾਲੀਵੁੱਡ 'ਚ ਵੀ ਕੰਮ ਕਰ ਰਹੇ ਨੇ ਤੇ ਪੰਜਾਬੀ ਇੰਡਸਟਰੀ 'ਚ ਵੀ ਕੰਮ ਕਰ ਰਹੇ ਨੇ ਤੁਹਾਡਾ ਕੋਈ ਹੈ ਕਿ ਤੁਸੀਂ ਵੀ ਜਾਓ ਬਾਲੀਵੁੱਡ 'ਚ ਕਿਹਦੇ ਨਾਲ ਕੰਮ ਕਰਨਾ ਚਾਹੋਗੇ ਕਿਹੜੀ ਐਕਟਰਸ ਨਾਲ ਕੰਮ ਕਰਨਾ ਚਾਹੋਗੇ? ਦੇਖੋ ਮੇਰਾ ਹਜੇ ਇਹੋ ਜਿਹਾ ਕੋਈ ਬਾਲੀਵੁੱਡ ਵੱਲ ਮੇਰਾ ਕੋਈ ਉਹ ਨਹੀਂ ਹੈਗਾ ਹਜੇ ਮਤਲਬ ਉਹ ਤਾਂ ਜਿਵੇਂ ਜਿਵੇਂ ਰੱਬ ਦਰਵਾਜ਼ੇ ਖੋਲਦਾ ਜਾਊਗਾ ਉਦਾਂ ਉਦਾਂ ਕੰਮ ਕਰੀ ਜਾਵਾਂਗੇ ਪਰ ਮੈਨੂੰ ਐਂ ਆ ਫਿਲਹਾਲ ਕਿ ਪੰਜਾਬੀ ਇੰਡਸਟਰੀ ਦੇ ਵਿੱਚ ਉਹ ਚੀਜ਼ਾਂ ਲੈ ਕੇ ਆਈ ਕਿਉਂਕਿ ਹਜੇ ਤੱਕ ਇੰਨੇ ਟੋਪਿਕਸ ਪਏ ਨੇ ਜਿਹੜੇ ਹਜੇ ਤੱਕ ਟੱਚ ਨਹੀਂ ਹੋਏ ਸੋ ਅਸੀਂ ਉਹ ਲੈ ਕੇ ਆਉਣਾ ਚਾਹੁੰਦੇ ਹਾਂ ਮੂਹਰੇ ਹੋਰ ਵੈਬ ਸੀਰੀਜ਼ ਹੋਰ ਜੋਨਰ ਦੀਆਂ ਨਵੀਆਂ ਲੈ ਕੇ ਆਉਣੀਆਂ ਚਾਹੁੰਦੇ ਹਾਂ ਕਿਉਂਕਿ ਵੈਬ ਸੀਰੀਜ਼ ਪੰਜਾਬ ਦੇ ਵਿੱਚ ਸ਼ੁਰੂ ਕਰਨ ਵਾਲੇ ਅਸੀਂ ਪਹਿਲੇ ਹਾਂ ਸੋ ਮੈਨੂੰ ਲੱਗਦਾ ਉਹ ਇੱਕ ਅੱਡ ਟ੍ਰੈਂਡ ਸੈੱਟ ਹੋਇਆ ਸੋ ਹਮੇਸ਼ਾ ਤੁਹਾਡੀ ਪਛਾਣ ਅੱਡ ਬਣਦੀ ਆ ਤੇ ਲੋਕ ਤੁਹਾਨੂੰ ਪਸੰਦ ਵੀ ਉਹਨੇ ਕਰਦੇ ਨੇ। ਕੀ ਤੁਹਾਨੂੰ ਲੱਗਦਾ ਕਿ ਪੰਜਾਬੀ ਇੰਡਸਟਰੀ ਜਿਹੜਾ ਟ੍ਰੈਂਡ ਸ਼ੁਰੂ ਕੀਤਾ ਵੈਬ ਸੀਰੀਜ਼ ਦਾ ਉਹ ਬਾਲੀਵੁੱਡ ਦੀ ਟੱਕਰ ਦਾ ਹੋਏਗਾ ਬਾਲੀਵੁੱਡ ਦੇ ਲੈਵਲ ਦਾ ਹੋਏਗਾ? ਦੇਖੋ ਜੀ ਆਪਣੇ ਵੱਲੋਂ ਤਾਂ ਟਰਾਈ ਕਰੀ ਦੀ ਹੈ ਕਿਉਂਕਿ ਜਦੋਂ ਯਾਰ ਡਿਗਰੀ ਕਸੂਤੀ ਡਿਗਰੀ ਪਹਿਲਾਂ ਅਸੀਂ ਸ਼ੂਟ ਕੀਤਾ ਸੀਗਾ ਉਹ ਬਹੁਤ ਹੀ ਉਹ ਬਿਲਕੁਲ ਵੀ ਸਾਡਾ ਬਹੁਤ ਲੋਅ ਬਜਟ ਸੀਗਾ ਉਹ ਕਿਉਂਕਿ ਅਸੀਂ ਉਦੋਂ ਕਾਲਜ 'ਚ ਪੜ੍ਹਦੇ ਹੁੰਦੇ ਸੀਗੇ ਤੇ ਸਾਡਾ ਟੀਮ ਅਪ ਜਿੰਨੇ ਅਸੀਂ ਸਾਰੇ 25 ਸਾਲਾਂ ਤੋਂ ਘੱਟ ਸੀਗੇ ਜਿੰਨੇ ਸਾਡੇ ਕਰੂ ਮੈਂਬਰ ਵੀ ਤੇ ਜਿੰਨੇ ਐਕਟਰ ਵੀ ਸਾਰੇ ਤੇ ਉਹ ਅਸੀਂ ਰਲ ਮਿਲ ਕੇ ਉੱਦਾਂ ਹੀ ਬਣਾ ਲਿਆ ਤੇ ਉਹ ਸਾਨੂੰ ਪਤਾ ਹੀ ਨਹੀਂ ਸੀ ਕਿ ਐਡੀ ਵੱਡੀ ਹਿੱਟ ਸੀਰੀਜ਼ ਜਾਊਗੀ ਉਹ ਤੇ ਹੁਣ ਜਦੋਂ ਸੀ ਹੁਣ ਦੇਖੋ ਜਦੋਂ ਤੁਹਾਨੂੰ ਕੋਈ ਪੇ ਬੈਕ ਮਿਲਦੀ ਆ ਕੋਈ ਚੀਜ਼ ਤਾਂ ਉਦੋਂ ਬਾਅਦ ਨੈਚੁਰਲੀ ਤੁਹਾਨੂੰ ਇਹ ਹੁੰਦਾ ਵੀ ਯਾਰ ਸਾਨੂੰ ਐਡਾ ਇਹਦੇ ਨਾਲ ਹੰਗਾਰਾ ਮਿਲਿਆ ਤਾਂ ਹੁਣ ਇਹਦੇ ਨਾਲੋਂ ਦੁੱਗਣਾ ਐਫਰਟ ਲਾਵਾਂਗੇ ਤੇ ਹੁਣ ਓਨਾ ਹੀ ਪਿਆਰ ਸਾਨੂੰ ਉਦੋਂ ਦੁੱਗਣਾ ਪਿਆਰ ਸਾਨੂੰ ਵਾਪਸ ਚਾਹੀਦਾ ਲੋਕਾਂ ਦਾ ਸੋ ਓਦਾਂ ਹੀ ਦੇਖੋ ਜੀ ਹੁਣ ਜਿਹੜਾ ਸਾਡਾ ਸੀਜ਼ਨ 2 ਦਾ ਸ਼ੂਟ ਚੱਲ ਰਿਹਾ ਸੀਗਾ ਉਦੋਂ ਤੇ ਉਹਦੇ ਚ ਡਬਲ ਤਿੱਗਣਾ ਮੈਂ ਲਾ ਲਓ ਤਿੱਗਣਾ ਬਜਟ ਆ ਹੁਣ ਸਾਡਾ ਸੀਰੀਜ਼ ਦਾ ਸਪੋਂਸਰਸ ਨੇ ਹੁਣ ਕਰੂ ਐਡਾ ਸਾਰਾ ਸਾਡਾ ਪ੍ਰੋਫੈਸ਼ਨਲ ਟੀਮ ਨਾਲ ਜੁੜ ਗਈਆਂ ਸੋ ਉਹ ਤਾਂ ਮੈਨੂੰ ਲੱਗਦਾ ਜਦੋਂ ਜੋ ਜਿਉਂ ਤੁਸੀਂ ਕੰਮ ਕਰੀ ਜਾਂਦੇ ਹੋ ਤੇ ਉਹ ਪੋਲਿਸ਼ ਹੋਈ ਜਾਂਦੇ ਹੋ ਸੋ ਇਹ ਤਾਂ ਵਧੀਆ ਗੱਲ ਹੀ ਹੈ। ਕਲੱਬ ਬਾਰੇ ਕੀ ਕਹਿਣਾ ਚਾਹੋਗੇ? ਜਿੱਦਾਂ 100 ਕਰੋੜ ਦਾ ਕਲੱਬ ਹੈ 200 ਕਰੋੜ ਦਾ ਕਲੱਬ ਹੈ ਇਹਦਾ ਫੰਡਾ ਕੀ ਹੈ ਕਿ ਜਿਹੜੀ ਵੀ ਮੂਵੀ ਹੈ ਬਾਲੀਵੁੱਡ ਦੀ ਉਹ ਕਲੱਬ 'ਚ ਉਹਦੀ ਐਂਟਰੀ ਕੰਪਲਸਰੀ ਹੈ ਚਾਹੇ 200 ਕਰੋੜ ਦਾ ਕਲੱਬ ਹੈ ਚਾਹੇ 300 ਦਾ ਚਾਹੇ ਜਿੰਨੇ ਵੀ ਕਰੋੜ ਦਾ ਕਲੱਬ ਹੈ? ਦੇਖੋ ਜੀ ਮੈਂ ਤਾਂ ਇਹ ਮੰਨਦਾ ਫਿਲਮ ਜੱਜ ਦੀ ਹੋਣੀ ਚਾਹੀਦੀ ਆ ਉਹ ਤਾਂ ਤੁਹਾਨੂੰ ਸਿੱਧਾ ਤੁਹਾਨੂੰ ਐ ਪਤਾ ਲੱਗ ਜਾਂਦਾ ਕਿ ਇਹ ਫਿਲਮ ਹੈ ਚੱਲਣ ਵਾਲੀ ਕਿ ਨਹੀਂ ਹੈਗੀ ਰਾਈਟ ਤੇ ਕਿਉਂਕਿ ਹੁਣ ਮੈਨੂੰ ਜ਼ਿਆਦਾਤਰ ਫਿਲਮਾਂ ਐਸੀਆਂ ਪਸੰਦ ਨੇ ਜਿਹੜੀਆਂ ਇਹ ਕਲੱਬ 'ਚ ਐਂਟਰ ਨਹੀਂ ਹੋਈਆਂ ਹੋਈਆਂ ਸੋ ਜੇ ਫਿਲਮ ਦਾ ਮੇਕ ਅੱਛਾ ਫਿਲਮ 'ਚ ਐਕਟ ਵਧੀਆ ਤਾਂ ਮੈਨੂੰ ਲੱਗਦਾ ਲੋਕਾਂ ਨੂੰ ਉਹੀ ਹੁਣ ਤੁਸੀਂ ਮੈਨੂੰ ਇਹ ਗੱਲ ਦੱਸੋ ਜਿਵੇਂ ਗੈਂਗਸ ਆਫ ਵਾਸੇਪੁਰ ਸੀਗੀ ਜਾਂ ਲਵ ਸ਼ਬ ਤੇ ਚਿਕਨ ਖੁਰਾਨਾ ਸੀਗੀ ਇਹੋ ਜਿਹੜੇ ਜੋਨਰ ਵਾਲੀਆਂ ਫਿਲਮ ਨੇ ਇਹ ਕਦੋਂ ਆਈਆਂ ਇਸ ਕਲੱਬ 'ਚ ਪਰ ਫਿਰ ਵੀ ਤੁਸੀਂ ਇਹ ਦੇਖੋ ਕਿ ਲੋਕਾਂ ਦੇ ਦਿਲਾਂ 'ਤੇ ਛਾਪ ਛੱਡ ਕੇ ਗਈਆਂ ਨੇ ਇਹ ਫਿਲਮਾਂ ਰਾਈਟ ਸੋ ਮੈਨੂੰ ਲੱਗਦਾ ਕੰਮ ਵਧੀਆ ਕਰੋ ਤੇ ਲੋਕ ਤਾਂ ਤੁਹਾਨੂੰ ਪਸੰਦ ਕਰਨਗੇ ਕਰਨਗੇ। ਤੇ ਤੁਹਾਨੂੰ ਪੁਖਰਾਜ ਰੀਅਲਿਸਟ ਕਿੱਦਾਂ ਦਾ ਸਿਨੇਮਾ ਪਸੰਦ ਕਰਦੇ ਹੋ? ਰੀਅਲ 'ਚ ਮੈਂ ਦੱਸਿਆ ਜੀ ਤੁਹਾਨੂੰ ਜ਼ਿਆਦਾਤਰ ਮੈਨੂੰ ਰੀਅਲ ਡਰਾਮਾ ਜਿਹੜਾ ਹੈਗਾ ਰਿਐਲਿਟੀ ਬੇਸਡ ਡਰਾਮਾ ਜਿਹੜਾ ਹੈਗਾ ਥੋੜ੍ਹੀ ਬਹੁਤੀ ਫਿਕਸ਼ਨ ਤੇ ਨਾਲ ਥ੍ਰਿਲਰ ਸਸਪੈਂਸ ਆ ਚੀਜ਼ਾਂ ਮੈਨੂੰ ਬਹੁਤ ਅਟਰੈਕਟ ਕਰਦੀਆਂ। ਓਕੇ ਕਦੇ ਰਿਐਲਿਟੀ ਸ਼ੋਅ 'ਚ ਜਾਣ ਦਾ ਹੋਇਆ ਖਿਆਲ ਕਿ ਰਿਐਲਿਟੀ ਸ਼ੋਅ ਕਰਾਂ? ਜਿੱਦਾਂ ਰਿਐਲਿਟੀ ਸ਼ੋਅ ਕਾਫੀ ਟ੍ਰੈਂਡਿੰਗ 'ਚ ਨੇ ਚਾਹੇ ਉਹ ਡਾਂਸਿੰਗ ਰਿਐਲਿਟੀ ਸ਼ੋਅ ਹੈ ਚਾਹੇ ਉਹ ਲਾਈਕ ਜਿੱਦਾਂ ਸਪਲਿਟਸ ਵਿਲਾ ਰੋਡੀਜ਼ ਹੈ ਜਾਂ ਬਿਗ ਬੌਸ ਟਾਈਪ ਐਦਾਂ ਦਾ ਕੋਈ ਪਲਾਨ? ਇਹ ਤਾਂ ਜੀ ਰਿਐਲਿਟੀ ਸ਼ੋਅ ਨਾਂ ਦਾ ਹੀ ਹੁੰਦਾ ਨਾ ਰਿਐਲਿਟੀ ਹੁੰਦੇ ਤਾਂ ਇਹ ਮੈਨੂੰ ਲੱਗਦਾ ਨਹੀਂ ਕਿ ਰੀਅਲਿਜ਼ਮ। ਮੈਂ ਤੁਹਾਨੂੰ ਦੱਸਿਆ ਕਿ ਜਿੰਨਾ ਮੈਨੂੰ ਜੋਨਰ ਵੀ ਫਿਲਮਾਂ ਦਾ ਇਸ ਕਰਕੇ ਪਸੰਦ ਆ ਉਹ ਰੀਅਲ ਡਰਾਮਾ ਕਿਉਂਕਿ ਉਹ ਬਹੁਤ ਕਲੋਜ਼ ਹੁੰਦਾ ਤੁਹਾਡੇ
ਤੇ ਉਹ ਉਹ ਤੋਂ ਤੁਹਾਨੂੰ ਇਹ ਲੱਗਦਾ ਦੇਖ ਕੇ ਵੀ ਹਾਂ ਯਾਰ ਇਹ ਏਦਾਂ ਹੋਇਆ ਸੀਗਾ, ਏਦਾਂ ਮੈਂ ਦੇਖਿਆ ਸੀ ਜਾਂ ਏਦਾਂ ਮੈਨੂੰ ਸੁਣਾਇਆ ਸੀ ਕਿਸੇ ਨੇ, ਏਦਾਂ ਹੋਇਆ ਸੀਗਾ, ਇਹ ਚੀਜ਼ ਹੋਈ ਹੋਈ ਆ. ਸੋ ਉਹ ਚੀਜ਼ਾਂ ਮੈਨੂੰ ਥੋੜਾ ਫਿਲਮ ਫਿਲਮ ਵੱਲ ਥੋੜਾ ਜਿਹਾ ਜਾਂ ਮੇਕਿੰਗ ਵੱਲ ਆਹ ਚੀਜ਼ਾਂ ਵੱਲ ਜ਼ਿਆਦਾ ਇੰਟਰਸਟ ਆ. ਇਹ ਵੀ ਸਾਰਿਆਂ ਦੀ ਆਪੋ ਆਪਣੀ ਚੋਇਸ ਆ, ਸੋ ਮੈਨੂੰ ਇਹ ਜ਼ਿਆਦਾ ਅਟਰੈਕਟ ਕਰਦੀਆਂ ਨੇ. ਸੋ ਰਿਐਲਿਟੀ ਸ਼ੋਅ ਬਾਰੇ ਕਦੀ ਸੋਚਿਆ ਨੇ ਜੀ? ਓਕੇ, ਤੇ ਜਾਣੇ ਜਾਣੇ ਆਪਣੇ ਫੈਨਸ ਦੀ ਆਪਣੀ ਕੋਈ ਵੀ ਫੇਵਰਟ ਮੂਵੀ ਦਾ ਡਾਇਲੌਗ ਨਾਲ ਐਂਡਿੰਗ ਕਰਦੇ ਜਾਓ. ਫੇਵਰੇਟ ਫਿਲਮ ਦਾ ਹੈਗਾ ਜੀ ਮੇਰਾ ਕਾਫੀ ਫਿਲਮਾਂ ਦੇ ਵਿੱਚ ਜਿਵੇਂ ਤਕੀਆ ਕਲਾਮ ਜਿਹੜੇ ਹੈਗੇ ਨੇ ਉਹ ਬਹੁਤ ਘੱਟ ਰੱਖੇ ਨੇ, ਪਰ ਜਿਵੇਂ ਹਰ ਕੈਰੈਕਟਰ ਦੇ ਵਿੱਚ ਢਲਣਾ ਜਦੋਂ ਜਿਹਨੂੰ ਜਿਹਨੂੰ ਆਪਾਂ ਕਹਿ ਦਿੰਦੇ ਹਾਂ ਉਹ ਮੈਨੂੰ ਬਹੁਤ ਪਸੰਦ ਆ. ਸੋ ਇੱਕ ਫਿਲਮ ਸੀਗੀ ਜੀ ਵਿਸਾਖੀ ਲਿਸਟ, ਉਹਦੇ ਚ ਜਿਮੀ ਸ਼ੇਰਗਿੱਲ ਜੀ ਨੂੰ ਮੈਂ ਮੇਰਾ ਦੋਸਤ ਨਾਲ ਖੜਾ ਹੁੰਦਾ ਤੇ ਜਿਮੀ ਸ਼ੇਰਗਿੱਲ ਜੀ ਨੂੰ ਮੈਂ ਉੱਥੇ ਡਾਇਲੌਗ ਬੋਲਦਾ ਕਿ ਕੁੱਤਾ ਕਾਰ ਮਗਰ ਜਿੰਨਾ ਮਰਜ਼ੀ ਭੱਜ ਲੈ ਵਿੱਚ ਸਵਾਰ ਨਹੀਂ ਹੋ ਸਕਦਾ. ਸੋ ਇੱਕ ਲਾਈਨ ਸੀਗੀ ਜੀ, ਇਹ ਲੋਕਾਂ ਨੇ ਮੈਨੂੰ ਕਾਫੀ ਮੈਸੇਜ ਆਏ ਸੀਗੇ ਵੀ ਆ ਕਾਫੀ ਵਧੀਆ ਲੱਗਿਆ ਸੀ ਉਹਨਾਂ ਨੂੰ ਇਹ ਡਾਇਲੌਗ. ਸੋ ਇਹ ਵੀ ਮੇਰੇ ਦਿਲ ਦੇ ਬਹੁਤ ਨੇੜੇ ਸੀ ਜੀ, ਕੈਰੈਕਟਰ ਐਪਰੀਸ਼ੀਏਸ਼ਨ ਮਿਲੀ ਸੀ, ਕਾਫੀ ਐਪਰੀਸ਼ੀਏਸ਼ਨ ਮਿਲੀ ਸੀ. ਜੀ ਬਣੇ ਰਹੋ ਟੀਵੀ ਐਨ ਆਰ ਆਈ ਨਾਲ. ਥੈਂਕ ਯੂ ਪੁਖਰਾਜ. ਥੈਂਕ ਯੂ ਵੈਰੀ ਮਚ.